ਜਸਟਿਸ ਦੇਖ ਰਹੇ ਹੋ ਤੁਸੀਂ, ਮੈਂ ਕੇ ਪੀ ਸਿੰਘ ਤੁਹਾਡਾ ਸਵਾਗਤ ਕਰਦਾ। ਨਾਗਰਿਕਤਾ ਸੋਧ ਬਿੱਲ 'ਤੇ ਇਸ ਵਕਤ ਸਿਆਸੀ ਘਮਸਾਨ ਮਚਿਆ ਹੋਇਆ। ਨਾਗਰਿਕਤਾ ਸੋਧ ਬਿੱਲ ਲੋਕ ਸਭਾ ਵਿੱਚ ਪੇਸ਼ ਹੋ ਚੁੱਕਿਆ, ਇਸ ਤੋਂ ਪਹਿਲਾਂ ਵੀ ਲੋਕ ਸਭਾ ਵਿੱਚ ਇਹ ਪਾਸ ਹੋ ਚੁੱਕਿਆ, ਪਰ ਰਾਜ ਸਭਾ ਵਿੱਚ ਇਹ ਪਾਸ ਨਹੀਂ ਹੋਇਆ ਸੀਗਾ। ਬਹੁਤ ਸਾਰੇ ਸਵਾਲ ਆ ਨਾਗਰਿਕਤਾ ਸੋਧ ਬਿੱਲ 'ਤੇ। ਵਿਰੋਧੀ ਇਹ ਸਵਾਲ ਚੁੱਕਦੇ ਪਏ ਆ ਕਿ ਧਰਮ ਆਧਾਰਿਤ ਅਤੇ ਘੱਟ ਗਿਣਤੀ ਆ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈਗਾ, ਅਤੇ ਭਾਰਤੀ ਜਨਤਾ ਪਾਰਟੀ ਜਾਂ ਕੇਂਦਰ ਸਰਕਾਰ ਕਹੀਏ, NDA ਕਹੀਏ, ਉਹ ਸੰਸਦ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇਹ ਜਵਾਬ ਦੇ ਰਹੀ ਹੈਗੀ, ਘੱਟ ਗਿਣਤੀਆਂ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾ ਰਿਹਾ ਹੈਗਾ, ਅਤੇ ਵਿਰੋਧੀ ਇਹ ਵੀ ਕਹਿ ਰਹੇ ਕਿ ਮੌਲਿਕ ਅਧਿਕਾਰਾਂ ਦਾ ਉਲੰਘਣ ਕੀਤਾ ਜਾ ਰਿਹਾ। ਬਹੁਤ ਸਾਰੇ ਇਹੋ ਜਿਹੇ ਸਵਾਲ ਲੈ ਗਏ, ਪਰ ਇਹਨਾਂ ਸਾਰੇ ਸਵਾਲਾਂ ਦੇ ਵਿਚਾਰੇ ਪ੍ਰਵਾਸੀ ਭਾਰਤੀਆਂ ਦਾ ਸਵਾਲ ਵੀ ਚੁੱਕਿਆ ਗਿਆ ਹੈਗਾ, ਉਹ ਸਵਾਲ ਹੈ ਕੀ ਹੈ ਅਤੇ ਨਾਗਰਿਕਤਾ ਸੋਧ ਬਿੱਲ ਹੁੰਦਾ ਕੀ ਹੈ। ਸਭ ਕੁਝ ਇਸ ਡਿਬੇਟ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ, ਪਰ ਸਵਾਲ ਇੱਕੋ ਪੁੱਛਾਂਗੇ, ਨਾਗਰਿਕਤਾ ਸੋਧ ਬਿੱਲ ਵਿੱਚ ਕਿਹੜਾ ਸਿਆਸੀ ਸੌਦਾ? ਨਾਗਰਿਕਤਾ ਸੋਧ ਬਿੱਲ ਅੱਜ ਬਹਿਸ ਕਿਉਂ ਕਰ ਰਿਹਾ? ਟੂ ਦਾ ਪੁਆਇੰਟ ਵੀ ਤੁਹਾਨੂੰ ਪੁਆਇੰਟ ਟੂ ਪੁਆਇੰਟ ਦੱਸੀਏ। ਨਾਗਰਿਕਤਾ ਸੋਧ ਬਿੱਲ ਲੋਕ ਸਭਾ ਵਿੱਚ ਪੇਸ਼, ਸਿਆਸੀ ਘਮਸਾਨੇ 'ਤੇ ਮੱਚ ਗਿਆ। ਪਹਿਲਾਂ ਵੀ ਹੋ ਰਿਹਾ ਸੀਗਾ ਵਿਰੋਧ, ਅਤੇ ਜਦੋਂ ਪਾਰਲੀਮੈਂਟ ਵਿੱਚ ਪੇਸ਼ ਹੋਇਆ ਫਿਰ ਵਿਰੋਧ ਹੋ ਗਿਆ। ਬਿੱਲ ਪੇਸ਼ ਕਰਨ ਮੌਕੇ ਵੋਟਿੰਗ ਕਰਨ ਦੀ ਲੋੜ ਪਈ ਆ, ਅਤੇ ਪੱਖ ਵਿੱਚ 293 ਅਤੇ ਵਿਰੋਧ ਵਿੱਚ 82 ਵੋਟਾਂ ਪਈਆਂ। ਭਾਜਪਾ ਨੇ 9 ਤੋਂ 11 ਦਸੰਬਰ ਤੱਕ ਆਪਣੇ ਮੈਂਬਰਾਂ ਲਈ ਵਿਪ ਜਾਰੀ ਕੀਤਾ ਕਿ ਸਾਰੇ ਮੈਂਬਰਾਂ ਨੇ ਉੱਥੇ ਹਾਜ਼ਰੀ ਭਰਨੀ ਹੈਗੀ ਹੈ। ਪੂਰਬ ਉੱਤਰ ਸੂਬਿਆਂ ਵਿੱਚ ਸੋਧ ਬਿੱਲ ਦੇ ਵਿਰੋਧ ਵਿੱਚ ਆਵਾਜ਼ ਹੈ ਜਿਹੜੀ ਉਹ ਤੇਜ਼ ਹੋ ਗਈ ਹੈ। ਪੱਛਮੀ ਬੰਗਾਲ ਸਣੇ ਪੰਜਾਬ ਸਰਕਾਰ ਨੇ ਵਿਰੋਧ ਜਤਾ ਦਿੱਤਾ ਹੈਗਾ। ਵਿਰੋਧੀਆਂ ਨੇ ਦੱਸਿਆ ਕਿ ਮੌਲਿਕ ਅਧਿਕਾਰਾਂ ਦਾ ਉਲੰਘਣ ਕੀਤਾ ਜਾ ਰਿਹਾ। ਗ੍ਰਹਿ ਮੰਤਰੀ ਸ਼ਾਹ ਨੇ ਦਾਅਵਾ ਕੀਤਾ ਘੱਟ ਗਿਣਤੀਆਂ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾ ਰਿਹਾ, ਅਤੇ ਇਸ ਨਾਲ ਉਹਨਾਂ ਨੇ ਕਾਂਗਰਸ 'ਤੇ ਵੀ ਇਲਜ਼ਾਮ ਲਾਏ ਹੈਗੇ। ਪੂਰੇ ਦੇਸ਼ ਵਿੱਚ ਘੱਟ ਗਿਣਤੀ ਭਾਈਚਾਰੇ ਨਾਲ ਜੁੜੇ ਜਥੇਬੰਦੀਆਂ 'ਚ ਰੋਸ ਪਾਇਆ ਜਾ ਰਿਹਾ। ਸਵਾਲ ਕਿਉਂ ਪੁੱਛਿਆ ਜਾਵੇਗਾ? ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਇਹ ਪੁੱਛਿਆ ਜਾਵੇਗਾ, ਨਾਗਰਿਕਤਾ ਸੋਧ ਬਿੱਲ ਜ਼ਰੀਏ ਸਿਆਸੀ ਏਜੰਡੇ ਦੇ ਇਲਜ਼ਾਮ ਕਿਉਂ ਹੈ? ਇਸੇ ਸਵਾਲ 'ਤੇ ਬਹਿਸ ਕਰਾਂਗੇ। ਪੈਨਲ ਸਾਡਾ ਮੌਜੂਦ ਹੈਗਾ, ਤੁਹਾਡਾ ਤਾਰਫ ਕਰਾਇਆ ਮੁਹੰਮਦ ਖਾਲਿਦ ਸਾਹਿਬ, ਪੋਲੀਟੀਕਲ ਐਨਾਲਿਸਟ ਤੌਰ 'ਤੇ ਵਿਚਰਦੇ ਨੇ। ਖਾਲਿਦ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਹਰਜੀਤ ਸਿੰਘ ਭੁੱਲਰ ਭਾਰਤੀ ਜਨਤਾ ਪਾਰਟੀ ਬੁਲਾ ਰਿਹਾ, ਭਰੋਡਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ, ਕਮਲਜੀਤ ਸਿੰਘ CPI ML ਦੇ ਬੁਲਾ ਰਿਹਾ, ਕਮਲਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ, ਡਾਕਟਰ ਪਹਿਲਾ ਗਰਗ ਐਕਟੀਵਿਸਟ ਦੇ ਤੌਰ 'ਤੇ ਵਿਚਰਦੇ ਨੇ, ਰਟਗਰਗ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਸਵਾਲ ਭੁੱਲਰ ਸਾਹਿਬ ਤੁਹਾਨੂੰ ਕਰਨ ਜਾਊਂਗਾ। ਭੁੱਲਰ ਸਾਹਿਬ, ਸਾਰੇ ਇਹ ਸਵਾਲ ਕਰਦੇ ਆ ਕਿ ਨਾਗਰਿਕਤਾ ਸੋਧ ਬਿੱਲ ਦੀ ਜ਼ਰੂਰਤ ਕਿਉਂ ਪੈਂਦੀ ਹੈਗੀ ਹੈ, ਨਾਗਰਿਕਤਾ ਸੋਧ ਬਿੱਲ ਦੇ ਸਿਆਸੀ ਇਲਜ਼ਾਮ ਕਿਉਂ ਲਾਉਂਦੇ ਹੋਏ? ਮੇਰਾ ਪਹਿਲਾ ਸਵਾਲ ਇਹ ਹੈਗਾ, ਤੁਸੀਂ ਕਹਿ ਰਹੇ ਹੋ ਕਿ ਅਧਿਕਾਰਾਂ ਦੀ ਰੱਖਿਆ ਕਰਨੀ ਹੈਗੀ ਹੈ, ਮੇਰਾ ਸਵਾਲ ਇਹ ਹੈਗਾ ਕਿ ਨਾਗਰਿਕਤਾ ਦੇ ਕਿਹੜੇ ਅਧਿਕਾਰ ਸੁਰੱਖਿਅਤ ਕਰਨ ਦੀ ਲੋੜ ਹੈਗੀ ਹੈ, ਅਤੇ ਤੁਸੀਂ ਕਰ ਕਿਹੜੇ ਰਹੇ ਹੋ? ਭੁੱਲਰ ਸਾਹਿਬ, ਦੇਖੋ ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾਂ ਤਾਂ ਆਪਣਾ ਜਿਹੜਾ ਦੇਸ਼ ਹੈ ਉਹਦੇ ਅਧਿਕਾਰ ਜਿਹੜੇ ਨੇ ਉਹਨਾਂ ਨੂੰ ਸੁਰੱਖਿਅਤ ਕਰਨ ਦੀ ਲੋੜ ਹੈ ਹੁਣ, ਔਰ ਇਹਦੇ 'ਚ ਕੋਈ ਨਵੀਂ ਚੀਜ਼ ਨਹੀਂ ਹੋਣ ਜਾ ਰਹੀ। ਆਲਮੋਸਟ ਭੁੱਲਰ ਸਾਹਿਬ, ਆਪਾਂ ਰੋਜ਼ੀ ਰੋਟੀ ਦਈਏ, ਰੁਜ਼ਗਾਰ ਦਈਏ, ਇਹ ਚੀਜ਼ਾਂ ਕਰਕੇ ਆਪਾਂ ਇੱਕ ਨਵੀਂ ਡਿਬੇਟ ਆ, ਨਵੀਂ ਬਹਿਸ ਜਿਹੜੀ ਹੋਈ ਹੈ, ਡਿਬੇਟ ਤੁਸੀਂ ਬਣਾ ਰਹੇ ਹੋ ਸੀ ਨਾ, ਡਿਬੇਟ ਤੇ ਕੋਈ ਹੈ ਹੀ ਨਹੀਂ। ਸਾਡੇ ਅੱਗੇ ਮੁੱਦਾ ਰੱਖਦੇ ਹੋ ਨਾ, ਇਹ ਕਿਸ ਚੀਜ਼ ਦਾ ਮੁੱਦਾ? ਜੋ ਸਾਡੇ ਅੱਗੇ ਮੁੱਦਾ ਰੱਖੋਗੇ ਅਸੀਂ ਡਿਬੇਟ ਕਿਉਂ ਨਾ ਕਰਾਂਗੇ? ਇਹ 'ਚ ਕਾਹਦਾ ਮੁੱਦਾ ਜੀ? ਕੋਈ ਡਿਬੇਟ ਦਾ 'ਚ ਮੁੱਦਾ ਹੀ ਨਹੀਂ ਹੈਗਾ। ਲੋਕਾਂ ਨੂੰ ਰੋਟੀ ਚਾਹੀਦੀ ਹੈ, ਰੋਜ਼ੀ ਚਾਹੀਦੀ ਹੈ। ਜਦੋਂ ਦੁਨੀਆ ਦੀਆਂ ਸਾਰੇ ਕੰਟਰੀ ਜਿਹੜੇ ਨੇ ਆਪਣੇ ਮੁਲਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਚੱਲ ਰਹੇ ਨੇ ਕਿ ਉੱਥੇ ਜਿਹੜੇ ਵੀ ਉਹਨਾਂ ਦੇ ਲੋਕ ਰਹਿ ਰਹੇ ਨੇ ਉਹਨਾਂ ਦੀ ਇੱਕ ਆਈਡੈਂਟੀਫਿਕੇਸ਼ਨ ਹੋਣੀ ਚਾਹੀਦੀ ਹੈ, ਅਤੇ ਜੇ ਅਸੀਂ ਵੀ ਕਰਨ ਜਾ ਰਹੇ ਹਾਂ ਔਰ ਹਰ ਮੁਲਕ ਜਿਹੜਾ ਹੈਗਾ ਹੈ ਇਸ ਨੂੰ ਲੈ ਕੇ ਚੱਲ ਰਹੇ, ਉੱਥੇ ਕਿੰਨੇ ਲੋਕ ਇਨਲੀਗਲ ਰਹਿ ਰਹੇ ਨੇ, ਕਿੰਨੇ ਲੀਗਲ ਰਹਿ ਰਹੇ ਨੇ, ਕਿਹੜੇ ਲੋਕ ਉੱਥੇ ਦੇ ਵਸਨੀਕ ਨੇ, ਤਾਂ ਚਾਹੀਂ ਨਵਾਂ ਕੀ ਕਰ ਰਹੇ ਹਾਂ? ਅਸੀਂ ਉੱਦਣ ਤਾਂ ਆਵਾਜ਼ ਕੋਈ ਨਹੀਂ ਚੱਕਦਾ ਜਿੱਦਣ ਦੋ ਦੋ ਜਹਾਜ਼ ਅਮਰੀਕਾ ਤੋਂ ਭਰ ਕੇ ਹਿੰਦੁਸਤਾਨ ਆ ਕੇ ਉੱਤਰ ਜਾਂਦੇ ਹੈ, ਉਹਨਾਂ ਦੇ ਕੋਈ ਨਹੀਂ ਦਿਖਾਉਂਦਾ, ਉਹ 'ਤੇ ਕੋਈ ਬਹਿਸ ਨਹੀਂ ਕਰਦਾ। ਜੇ ਅੱਜ ਅਸੀਂ ਇਸ ਚੀਜ਼ ਨੂੰ ਕਰਨ ਜਾ ਰਹੇ ਹਾਂ ਕਿ ਜਿਹੜੇ ਲੋਕ ਇੱਥੇ ਇਨਲੀਗਲ ਰਹਿ ਰਹੇ ਨੇ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਜਾਵੇ, ਔਰ ਜਿਹੜੇ ਇੱਥੋਂ ਦੇ ਬਛਿੰਦੇ ਹੈਗੇ ਆ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਜਾਏ, ਉਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਫਰਦਰ ਅੱਗੇ ਹੱਲ ਹੁੰਦੀਆਂ ਨੇ, ਕੋਈ ਇੱਥੇ ਨਹੀਂ ਕੰਮ ਰੁਕ ਜਾਂਦਾ। ਔਰ ਜਿਹੜਾ ਇੱਕ ਦਿਖਾਉਣਾ ਕਿ ਜੀ ਇੱਕ ਸਮੁਦਾਇ ਨੂੰ ਅਸੀਂ ਇਹ ਕਰ ਰਹੇ ਹਾਂ, ਫਲਾਣਾ ਕਰ ਰਹੇ ਹਾਂ, ਇਹ 'ਚ ਕੁਛ ਨਹੀਂ ਹੈਗਾ। ਜਿਹੜੇ ਲੋਕ ਬਾਹਰੋਂ ਆਏ ਨੇ ਆਈਡੈਂਟੀਫਾਈ ਤਾਂ ਉਹਨਾਂ ਨੂੰ ਕਰਨਾ, ਜਿਹੜੇ ਇੱਥੇ ਰਹਿ ਰਹੇ ਨੇ ਉਹ ਰਹਿ ਰਹੇ, ਉਹਦੇ ਮਰਦਮਸ਼ੁਮਾਰੀ ਹੁੰਦੀ ਉਦੋਂ ਆਈਡੈਂਟੀਫਾਈ ਹੋ ਜਾਂਦੇ ਵੀ ਕਿਹੜੇ ਲੋਕ ਇੱਥੇ ਰਹਿ ਰਹੇ ਨੇ, ਕਿੰਨੇ ਮੁਸਲਿਮ ਨੇ, ਕਿੰਨੇ ਹਿੰਦੂ ਨੇ, ਕਿੰਨੇ ਸਿੱਖ ਨੇ, ਕਿੰਨੇ ਜੈਨੀ ਨੇ, ਕਿੰਨੇ ਬੁੱਧਿਸਟ ਨੇ, ਉਹਦੇ ਲਈ ਹੋਰ ਕੁਛ ਕਰਨ ਦੀ ਲੋੜ ਹੀ ਨਹੀਂ ਹੈਗੀ। ਆਪਾਂ ਇਹਨੂੰ ਗਲਤ ਟਵਿਸਟ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਔਰ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਨਹੀਂ ਚਾਹੀਦਾ। ਸਾਰਿਆਂ ਨੂੰ ਇੱਕ ਮਤ ਸਹਿਮਤ ਹੋ ਕੇ ਇਸ ਗੱਲ ਦੇ ਉੱਤੇ ਜਿਹੜਾ ਹੈਗਾ ਫੁੱਲ ਚੜਾਉਣਾ ਚਾਹੀਦਾ ਕਿ ਹਾਂਜੀ ਸਰਕਾਰ ਅਗਰ ਇਹ ਕੋਈ ਕਰਨ ਜਾ ਰਹੀ ਹੈ, ਵਿਰੋਧ ਨਹੀਂ ਹੋਣਾ ਚਾਹੀਦਾ। ਮੈਨੂੰ ਨਹੀਂ ਲੱਗਦਾ ਕੋਈ ਵਿਰੋਧ ਹੋਣਾ ਚਾਹੀਦਾ। ਕਮਲ ਜੀ, ਤੁਸੀਂ ਵਿਰੋਧ ਕਿਉਂ ਕਰਦੇ ਪਏ ਹੋ? ਵਿਰੋਧ ਇਸ ਕਰਕੇ ਹੋ ਰਿਹਾ, ਵਿਰੋਧ ਇਸ ਕਰਕੇ ਹੋ ਰਿਹਾ ਹੈ ਕਿ ਦੇਸ਼ ਦੀ ਪਰਿਭਾਸ਼ਾ ਬਦਲੀ ਜਾ ਰਹੀ ਹੈ। ਹਿੰਦੁਸਤਾਨ ਜਿਹੜਾ ਇਹ ਇੱਕ ਸੋਵਰਨ ਸੈਕੂਲਰ ਰਿਪਬਲਿਕ ਦੇ ਤੌਰ ਦੇ ਉੱਤੇ ਖੜਾ ਹੋਇਆ ਸੀ ਜਦੋਂ ਅਸੀਂ ਅੰਗਰੇਜ਼ਾਂ ਤੋਂ ਆਜ਼ਾਦੀ ਲਿੱਤੀ ਸੀ। ਦੂਜੇ ਪਾਸੇ ਸਾਡੇ ਨਾਲ ਲੱਗਦੇ ਮੁਲਕ ਜਿਹੜੇ ਨੇ ਉਹਨਾਂ ਦੇ ਵਿੱਚ ਅਕਸਰ ਹੀ ਥੀਓਕ੍ਰੈਟਿਕ ਕਿਸਮ ਦੀਆਂ ਸਟੇਟਸ ਜਿਹੜੀਆਂ ਨੇ ਉਹ ਆਉਂਦੀਆਂ ਰਹੀਆਂ ਨੇ, ਅਤੇ ਅਸੀਂ ਉਹਨਾਂ ਦੇ ਹਾਲਤ ਬਾਰੇ ਬੜੀ ਚੰਗੀ ਤਰ੍ਹਾਂ ਜਾਣਦੇ ਹਾਂ। ਬਹਿਸ ਸਾਡਾ ਵਿਰੋਧ ਇਸ ਕਰਕੇ ਹੈ ਕਿਉਂਕਿ ਹਿੰਦੁਸਤਾਨ ਨੂੰ ਵੀ ਠੀਕ ਉਸੇ ਰਾਹ ਦੇ ਉੱਤੇ, ਧਰਮ ਆਧਾਰਿਤ ਇੱਕ ਮੁਲਕ ਬਣਾਉਣ ਦੇ ਰਾਹ ਦੇ ਉੱਤੇ ਤੁਰਿਆ ਜਾ ਰਿਹਾ ਹੈ, ਅਤੇ ਇੱਥੇ ਦੀ ਸਿਟੀਜ਼ਨਸ਼ਿਪ ਜਿਹੜੀ ਹੈਗੀ ਆ ਉਹ ਸਭ ਤੋਂ ਬੁਨਿਆਦੀ ਚੀਜ਼ ਹੈ।
इन्हें तरके भी है जे घट गिणती सुरक्षा देनी है तो फिर सवाल सब तो पहला देश के अंदर रह रही घट गिणती सुरक्षा की लड़ है देश के अंदर रह रही घट गिणती जी है वो बुरे तरीके अपने आप को प्रताड़ित महसूस कर रही है वो डर का माहौल है तो दूजे पास घट गिणती के नाँ के उत्ते असल के हिंदुस्तान के अंदर वैसे इन्होंने बिल्कुल ये असल जी डेफिनेशन ने जिन्ना क मैनू क्योंकि ड्राफ्ट से हजे आउट नहीं होया जिन्ना सू विरोधी ट्विस्ट करते विरोधी ट्विस्ट करते पे इन्होंने अपना एजेंडा बिल्कुल स्पष्ट रख दिता है तो असं उन्होंने कोई ट्विस्ट नहीं कर रहे असं जो एजेंडा है उसे गल कर रहे हैं एजेंडा लगता है ਸਾਨੂੰ ਲੱਗਦਾ ਸਾਫ ਸਾਫ ਏਜੰਡਾ ਜਿਹੜਾ ਹੈਗਾ ਉਹ ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਏਜੰਡਾ ਜਿਹੜਾ ਹੈਗਾ ਉਹਦੇ ਤੇ ਵਾਪਸ ਆਉਂਗਾ ਤੁਹਾਡੇ ਕੋਲੇ ਮੁਹੰਮਦ ਖਾਲਿਦ ਸਾਹਿਬ ਜੀ ਤੁਹਾਨੂੰ ਜਿਹੜਾ ਵਿਰੋਧੀਆਂ ਦੇ ਏਜੰਡੇ ਦੇ ਵਿੱਚ ਦਮ ਲੱਗਦਾ ਜਾਂ ਜੋ ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਪਾਰਲੀਮੈਂਟ ਵਿੱਚ ਖੜੇ ਹੋ ਕੇ ਕਹਿੰਦੇ ਆ ਸਾਡਾ ਕੋਈ ਸਿਆਸੀ ਏਜੰਡਾ ਨਹੀਂ ਹੈਗਾ ਦੇਖੋ ਆਪਾਂ ਨੂੰ ਨਾ ਦੋ ਇਸ਼ੂਜ਼ ਨੂੰ ਮਿਕਸ ਅਪ ਨਹੀਂ ਕਰਨਾ ਚਾਹੀਦਾ ਪਹਿਲਾ ਇਸ਼ੂ ਹੈਗਾ NRC ਦਾ ਕਿ ਨੈਸ਼ਨਲ ਸਿਟੀਜ਼ਨਸ਼ਿਪ ਰਜਿਸਟਰ ਕਿ ਆਈਡੈਂਟੀਫਾਈ ਕਰਨਾ ਕਿਹੜੇ ਸਾਡੇ ਨਾਗਰਿਕ ਹੈ ਕਿਹੜੇ ਨਹੀਂ ਹੈ ਆਪਣੀ ਡਿਸਕਸ਼ਨ ਇਸ ਦੇ ਉੱਪਰ ਨਹੀਂ ਹੈ ਆਪਣੀ ਡਿਸਕਸ਼ਨ ਅੱਜ ਦੇ ਬਿੱਲ ਦੇ ਉੱਪਰ ਹੈ ਨਹੀਂ ਉਹਨੂੰ ਉਸ ਡਿਸਕਸ਼ਨ ਵਿੱਚ ਲੈ ਕੇ ਆਉਣਾ ਅਗਰ ਉਹਨੂੰ ਤੁਸੀਂ NRC ਨੂੰ ਲੈ ਕੇ ਆਉਣਾ ਅਗਰ NRC ਨੂੰ ਲਿਆਉਣਾ ਤਾਂ NRC ਆਲਰੇਡੀ ਰਿਜੈਕਟ ਕਰਤੀ ਹੈ ਉੱਥੇ ਦੇ ਲੋਕਾਂ ਨੇ ਔਰ ਫੇਲ ਹੋ ਚੁੱਕੀ ਹੈ NRC ਦੇ ਬਾਰੇ ਸਵਾਲ ਇਹ ਖਾਲੀ ਸਾਹਿਬ ਮੈਂ ਮੇਰਾ ਸਵਾਲ ਲੈ ਲਓ ਫਿਰ ਉਸ ਤੋਂ ਬਾਅਦ ਤੁਸੀਂ ਜਵਾਬ ਦੇ ਦਿਓ ਕਿਉਂਕਿ ਸਵਾਲ ਇਹ ਚੁੱਕਿਆ ਜਾ ਰਿਹਾ ਵਿਰੋਧੀਆਂ ਵੱਲੋਂ ਕਿ NRC ਦੇ ਵਿੱਚ ਜਿਹੜੇ ਹਿੰਦੂ ਬਾਹਰ ਰਹਿ ਗਏ ਸੀਗੇ ਉਹਨਾਂ ਹਿੰਦੂਆਂ ਨੂੰ ਇਸ ਦੇ ਜ਼ਰੀਏ ਅੰਦਰ ਲੈ ਕੇ ਆਉਣਾ ਇਹ ਸਵਾਲ ਦੇ ਵਿੱਚ ਕੋਈ ਦਮ ਹੈ ਜਾਂ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਉੱਥੇ ਤੁਸੀਂ ਜਿਹੜਾ ਨੌਰਥ ਈਸਟ ਹੈ ਨਾ ਉਹਦੇ ਵਿੱਚ ਇੱਕ ਤਾਂ ਉਹ ਬੰਦੇ ਹੈਗੇ ਹੈ ਜਿਹੜੇ ਕਿ ਬੰਗਲਾਦੇਸ਼ ਤੋਂ ਜਾਂ ਕਿਤੋਂ ਆ ਕੇ ਇੱਥੇ ਵਸੇ ਦੂਸਰੇ ਉਹ ਬੰਦੇ ਆ ਜਿਹੜੇ ਕਿ 1873 ਦੇ ਐਕਟ ਦੇ ਅੰਡਰ ਆਉਂਦੇ ਆ ਜਿਹੜੇ ਕਿ ਦੂਸਰੇ ਸਟੇਟਾਂ ਦੇ ਵਿੱਚੋਂ ਜਾ ਕੇ ਵਸੇ ਉਹਨਾਂ ਨੂੰ ਆਪਣਾ ਪਰਮਿਟ ਹਰ ਵਾਰ ਰਿਨਿਊ ਕਰਵਾਉਣਾ ਪੈਂਦਾ ਤੀਸਰੇ ਉਹ ਬੰਦੇ ਹੈਗੇ ਆ ਜਿਹੜੇ ਕਿ ਇੱਕ ਪ੍ਰੋਟੈਕਸ਼ਨ ਦੇ ਵਿੱਚ ਰਹਿ ਰਹੇ ਹੈ ਜਿਹਨੂੰ ਕਿ ਆਪਾਂ ਕਹਿ ਰਹੇ ਹੈਗੇ ਹਾਂ ਆਰਟੀਕਲ 244 ਔਰ 275 ਮੈਂ ਟੈਕਨੀਕਲਟੀਜ਼ 'ਚ ਨਾ ਜਾ ਕੇ ਮੈਂ ਇਹ ਗੱਲ ਕਹਾਂਗਾ ਕਿ ਸਾਡਾ ਜਿਵੇਂ ਦੇਸ਼ ਹੈ ਉਹਦੇ ਵਿੱਚ ਸੈਕੂਲਰਿਜ਼ਮ ਜਿਹੜਾ ਹੈਗਾ ਉਹਦੇ ਵਿੱਚ ਕਿਉਂਕਿ ਸਟੇਟ ਦਾ ਕੋਈ ਰਿਲੀਜਨ ਨਹੀਂ ਹੈ ਅਗਰ ਸਟੇਟ ਰਿਲੀਜਨ ਬੇਸਡ ਕੋਈ ਵੀ ਪੋਲਿਸੀ ਬਣਾਏਗਾ ਉਹ ਪੋਲਿਸੀ ਸਾਡੀ ਸੰਵਿਧਾਨ ਦੀ ਜਿਹੜੀ ਮਰਿਆਦਾ ਉਹਦੇ ਅਗੇਂਸਟ ਹੈ ਅਗਰ ਤੁਸੀਂ ਇਹ ਕਹਿੰਦੇ ਹੋ ਕਿ ਹਿੰਦੂ ਸਿੱਖ ਬੋਧੀ ਪਾਰਸੀ ਇਹ ਸਾਰੇ ਅਗਰ ਕਿਤੋਂ ਵੀ ਆ ਕੇ ਸਾਡੇ ਕੋਲ ਵੱਸਦੇ ਹਾਂ ਅਸੀਂ ਉਹਨਾਂ ਨੂੰ ਨਾਗਰਿਕਤਾ ਦੇਵਾਂਗੇ ਲੇਕਿਨ ਮੁਸਲਮਾਨਾਂ ਨੂੰ ਨਹੀਂ ਦੇਵਾਂਗੇ ਇਟ ਮੀਨਸ ਕਿ ਅਸੀਂ ਜਿਹੜਾ ਸਾਡਾ ਸੰਵਿਧਾਨ ਦੀ ਸਪਿਰਿਟ ਹੈ ਉਹਦੇ ਅਗੇਂਸਟ ਜਾ ਰਹੇ ਹਾਂ ਔਰ ਉਹਦੇ ਵਿੱਚ ਕੀ ਹੋਏਗਾ ਕਿ ਅਗਰ ਇਹ ਬੰਦੇ ਜਿਹੜੇ ਕਿ ਬੋਧੀ ਹੈ ਜਾਂ ਸਿੱਖ ਹੈ ਜਾਂ ਹਿੰਦੂ ਹੈ ਜਾਂ ਜੋ ਵੀ ਹੈਗੇ ਹੈ ਨੌਰਥ ਈਸਟ ਦੇ ਵਿੱਚ ਆ ਕੇ ਵਸੇ ਹੈ ਅਗਰ ਉਹਨਾਂ ਨੂੰ ਵਾਕਈ ਤੁਸੀਂ ਨਾਗਰਿਕਤਾ ਦੇ ਰਹੇ ਹੋ ਤਾਂ ਉੱਥੇ ਵਿਰੋਧਤਾ ਕਿਉਂ ਹੈ ਸਾਰੇ ਅਸਾਮ ਦੇ ਵਿੱਚ ਵਿਰੋਧਤਾ ਹੈਗੀ ਹੈ ਅਰੁਣਾਚਲ ਦੇ ਵਿੱਚ ਵਿਰੋਧਤਾ ਹੈਗੀ ਹੈ ਮਿਜ਼ੋਰਮ 'ਚ ਵਿਰੋਧਤਾ ਹੈਗੀ ਹੈ ਮੇਘਾਲਿਆ 'ਚ ਵਿਰੋਧਤਾ ਹੈ ਔਰ ਫਿਰ ਤੁਸੀਂ ਉਹਨਾਂ ਸਟੇਟਾਂ ਦੇ ਵਿੱਚ ਸਾਰਿਆਂ ਪਰ ਲਾਗੂ ਨਹੀਂ ਕਰ ਰਹੇ ਅਰੁਣਾਚਲ ਨੂੰ ਤੁਸੀਂ ਬਾਹਰ ਰੱਖ ਰਹੇ ਹੋ ਮੇਘਾਲਿਆ ਨੂੰ ਤੁਸੀਂ ਬਾਹਰ ਰੱਖ ਰਹੇ ਹੋ ਤ੍ਰਿਪੁਰਾ ਨੂੰ ਤੁਸੀਂ ਬਾਹਰ ਰੱਖ ਰਹੇ ਹੋ ਉਹ ਬਾਹਰ ਕਿਉਂ ਰੱਖ ਰਹੇ ਹੈ ਜਾਂ ਤਾਂ ਸਾਰਿਆਂ ਪਰ ਲਾਗੂ ਕਰੋ ਜੇ ਲਾਗੂ ਨਹੀਂ ਕਰਨਾ ਤਾਂ ਉਹਦੇ ਵਿੱਚ ਫਿਰ ਜਿਹੜੇ ਹਰ ਧਰਮ ਦੇ ਲੋਕ ਹੈ ਉਹਨਾਂ ਨੂੰ ਇਨਕਲੂਡ ਕਰੋ ਅਗਰ ਤੁਸੀਂ ਕਹੋਗੇ ਧਰਮ ਵਿਸ਼ੇਸ਼ ਦੇ ਲੋਕਾਂ ਨੂੰ ਅਸੀਂ ਨਾਗਰਿਕਤਾ ਨਹੀਂ ਦੇਵਾਂਗੇ ਬਾਕੀ ਸਾਰਿਆਂ ਨੂੰ ਦੇਵਾਂਗੇ ਯਾਨੀ ਮੁਸਲਮਾਨਾਂ ਨੂੰ ਅਸੀਂ ਨਾਗਰਿਕਤਾ ਨਹੀਂ ਦੇਵਾਂਗੇ ਬਾਕੀ ਸਾਰਿਆਂ ਨੂੰ ਦੇਵਾਂਗੇ ਉਹ ਸਾਡੀ ਪੋਲਿਸੀ ਮੇਕਿੰਗ ਸਾਡੇ ਇੱਕ ਸੈਕੂਲਰ ਜਿਹੜਾ ਸਟਾਂਸ ਹੈ ਉਹਦੇ ਬਿਲਕੁਲ ਵਿਪਰੀਤ ਹੈ ਬਿਲਕੁਲ ਉਲਟਾ ਹੈ ਇਸੇ ਕਰਕੇ ਜਿਹੜੀ ਆਪੋਜੀਸ਼ਨ ਪਾਰਟੀਜ਼ ਹੈ ਉਹ ਕਹਿੰਦੀਆਂ ਵੀ ਇਹ ਅਨਕੰਸਟੀਟਿਊਸ਼ਨਲ ਹੈ ਔਰ ਜਿਹੜੀ ਰੂਲਿੰਗ ਪਾਰਟੀ ਹੈ ਉਹਨਾਂ ਦੇ ਏਜੰਡੇ ਦਾ ਪਾਰਟ ਹੈ ਔਰ ਅੱਜ ਦਾ ਨਹੀਂ ਹੈ ਬਹੁਤ ਪੁਰਾਣਾ ਹੈਗਾ ਉਹ ਉਹਨੂੰ ਲਾਗੂ ਕਰਨਾ ਚਾਹੁੰਦੇ ਠੀਕ ਹੈ ਤੁਸੀਂ ਆਰਟੀਕਲ 14 ਦਾ ਜ਼ਿਕਰ ਕਰਦੇ ਪਏ ਆਰਟੀਕਲ 14 ਵੀ ਹੈ ਦੇਖੋ ਉਹਦੇ ਵਿੱਚ ਕਈ ਸ਼ੈਡਿਊਲਸ ਵੀ ਆ ਜਾਂਦੇ ਹਨ ਉਹਦੇ ਵਿੱਚ 1873 ਦਾ ਬ੍ਰਿਟਿਸ਼ ਵੇਲੇ ਦਾ ਐਕਟ ਵੀ ਆ ਜਾਂਦਾ ਉਹ ਸਾਰੀਆਂ ਚੀਜ਼ਾਂ ਨੂੰ ਅਗਰ ਕੰਪ੍ਰੀਹੈਂਸਿਵਲੀ ਆਪਾਂ ਦੇਖੀਏ ਤਾਂ ਇਹ ਜਿਹੜੀ ਐਕਸਰਸਾਈਜ਼ ਹੁਣ ਹੋਏਗੀ ਇਹ ਐਕਸਰਸਾਈਜ਼ ਵੀ ਫੇਲ ਹੋਏਗੀ ਕਿਉਂਕਿ ਇਸ ਐਕਸਰਸਾਈਜ਼ ਫੇਲ ਲੱਗਦੀ ਹੈ ਯੈਸ ਠੀਕ ਹੈ ਛੋਟਾ ਬ੍ਰੇਕ ਫੇਲ ਹੋਈ ਠੀਕ ਹੈ ਛੋਟਾ ਬ੍ਰੇਕ ਲਵਾਂਗੇ ਬ੍ਰੇਕ ਤੋਂ ਵਾਪਸ ਆਵਾਂਗੇ ਬਿੱਲ ਹੈ ਸੋਧ ਬਿੱਲ ਹੈ ਲੋਕ ਸਭਾ ਵਿੱਚ ਪੇਸ਼ ਹੋ ਚੁੱਕਿਆ ਪਾਸ ਕਿਵੇਂ ਹੋਵੇਗਾ ਖਾਲੀ ਸਾਹਿਬ ਕਹਿ ਰਹੇ ਇਹ ਐਕਸਰਸਾਈਜ਼ ਫੇਲ ਹੋਵੇਗੀ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਸਾਡੇ ਨਾਲ ਬੈਠੇ ਹੋਏ ਆ ਉਹ ਕਹਿੰਦੇ ਬਿਨਾਂ ਵਜ੍ਹਾ ਤੋਂ ਇਹ ਡਿਬੇਟ ਛੇੜੀ ਜਾ ਰਹੀ ਹੈਗੀ ਆ ਫੇਲ ਪਾਸ ਵਾਲੀ ਕਹਾਣੀ ਨਹੀਂ ਹੈਗੀ ਨਾਗਰਿਕਾਂ ਨੂੰ ਸੁਰੱਖਿਆ ਦੇਣੀ ਹੈਗੀ ਆ ਪਰ ਸਾਡਾ ਸਵਾਲ ਮੂਲ ਇਹੀ ਰਹੇਗਾ ਨਾਗਰਿਕਾਂ ਨੂੰ ਕਿਹੜੀ ਸੁਰੱਖਿਆ ਚਾਹੀਦੀ ਹੈ ਅਤੇ ਅਸੀਂ ਕਿਹੜੀ ਸੁਰੱਖਿਆ ਦੀ ਗੱਲ ਕਰ ਰਹੇ ਹਾਂ ਕਿਹੜੀ ਸੁਰੱਖਿਆ 'ਤੇ ਡਿਬੇਟ ਕਰ ਰਹੇ ਹਾਂ ਬ੍ਰੇਕ ਤੋਂ ਵਾਪਸ ਆ ਰਿਹਾ ਸਵਾਲ ਇੱਕੋ ਕਰ ਰਹੇ ਹਾਂ ਸਵਾਲ ਅਸੀਂ ਇਹ ਪੁੱਛ ਰਹੇ ਨਾਗਰਿਕਤਾ ਸੋਧ ਬਿੱਲ ਜ਼ਰੀਏ ਸਿਆਸੀ ਏਜੰਡੇ ਦੇ ਇਲਜ਼ਾਮ ਕਿਉਂ ਮੁਹੰਮਦ ਖਾਲਿਦ ਸਾਹਿਬ ਇੱਕ ਸਵਾਲ ਦਾ ਜਵਾਬ ਦੇ ਦਿਓ ਉਸ ਤੋਂ ਬਾਅਦ ਮੈਂ ਡਾਕਟਰ ਗਰਗ ਕੋਲ ਜਾਣਾ ਹੈਗਾ ਘੱਟ ਗਿਣਤੀ ਭਾਈਚਾਰਾ ਜੇ ਵਿਰੋਧ ਕਰ ਰਿਹਾ ਹੈਗਾ ਤਾਂ ਉਹਦੇ ਵਿੱਚ ਸਿਰਫ ਮੁਸਲਮਾਨ ਭਾਈਚਾਰਾ ਹੀ ਜਿਹੜਾ ਵਿਰੋਧ ਕਰ ਰਿਹਾ ਜਾਂ ਕੋਈ ਹੋਰ ਭਾਈਚਾਰਾ ਉਹਨਾਂ ਨਾਲ ਖੜਾ ਹੋਇਆ ਦੇਖੋ ਇੱਦਾਂ ਹੈਗਾ ਕਿ ਮੁਸਲਮਾਨਾਂ ਨੂੰ ਹੀ ਉਹ ਬਾਹਰ ਰੱਖਿਆ ਗਿਆ ਇਸ ਉਹਦੇ ਵਿੱਚੋਂ ਨਹੀਂ ਉਹਨਾਂ ਨਾਲ ਕੋਈ ਖੜਾ ਤੇ ਦੇਖੋ ਉਹਨਾਂ ਦੇ ਨਾਲ ਕੋਈ ਖੜਾ ਦੇਖੋ ਮੁਸਲਮ ਮੈਂ ਤੁਹਾਨੂੰ ਦੱਸਦਾ ਹਾਂ ਕਿ ਪਿਛਲੇ 6 ਸਾਲ ਦੇ ਵਿੱਚ ਜਿਹੜੀ ਵੀ ਪੋਲਿਸੀ ਮੇਕਿੰਗ ਹੋ ਰਹੀ ਹੈ ਉਹਦੇ ਵਿੱਚ ਬਹੁਤ ਪੋਲਿਸੀਜ਼ ਐਸੀਆਂ ਹੈਗੀਆਂ ਜਿਹੜੀਆਂ ਕਿ ਮੁਸਲਿਮ ਕਮਿਊਨਿਟੀ ਨੂੰ ਹਿੱਟ ਕਰਨ ਵਾਸਤੇ ਬਣੀਆਂ ਹਨ
ਉਹ ਮੈਂ ਕਈ ਐਗਜ਼ਾਮਪਲਸ ਤੁਹਾਨੂੰ ਦੇ ਸਕਦਾ, ਚਾਹੇ ਹਜ ਦੇਖੋ ਚਾਹੇ ਟ੍ਰਿਪਲ ਤਲਾਕ ਦਾ ਮਾਮਲਾ ਹੈ, ਚਾਹੇ ਹਜ ਸਬਜੀ ਦਾ ਮਾਮਲਾ ਹੈ, ਆਰਟੀਕਲ 370 ਦਾ ਮਾਮਲਾ ਹੈ, ਹੋਰ ਬੜੇ ਟ੍ਰਿਪਲ ਤਲਾਕ ਦੇ ਵਿੱਚ ਤਾਂ ਵੀ ਫੈਸਲਾ ਨਹੀਂ ਹੋਣਾ ਚਾਹੀਦਾ ਸੀਗਾ। ਨਹੀਂ ਨਹੀਂ ਟ੍ਰਿਪਲ ਤਲਾਕ ਤੇ ਜਿਹੜੇ ਦੇਖੋ ਜੀ, ਅਗਰ ਤੁਸੀਂ ਆਰਟੀਕਲ 25 ਦੇ ਅਗੇਂਸਟ ਜਾਓਗੇ, ਜਿਹੜਾ ਕਿ ਧਰਮ ਨੂੰ ਹਰ ਇੱਕ ਕਮਿਊਨਿਟੀ ਨੂੰ ਆਪਣੇ ਧਰਮ ਦੇ ਮੁਤਾਬਕ ਚੱਲਣ ਦੀ ਇਜਾਜ਼ਤ ਦਿੰਦਾ, ਤਾਂ ਨੈਚੁਰਲੀ ਉਹਦੇ ਅਗੇਂਸਟ ਹੋਏਗੀ। ਉਹਦੇ ਉਹ ਸੁਪਰੀਮ ਕੋਰਟ ਦੇ ਵਿੱਚ ਹੈਗਾ, ਸੁਪਰੀਮ ਕੋਰਟ ਦੇਖੋ ਉਹਦਾ ਕੀ ਫੈਸਲਾ ਲੈਂਦੀ। ਚਲੋ ਠੀਕ ਹੈ, ਡਾਕਟਰ ਗਰਗ, ਹਾਂਜੀ, ਤੁਹਾਨੂੰ ਵੀ ਸਿਰਫ ਇਹੀ ਲੱਗਦਾ ਪਿਆ ਕਿ ਜਿਹੜੇ ਮੁਸਲਮਾਨ ਭਾਈਚਾਰਾ ਉਹਨਾਂ ਨੂੰ ਆਊਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਸਰਕਾਰ ਦਾ ਤਰਕ ਇਹ ਹੈਗਾ ਕਿ ਜਿਹੜੇ ਉੱਧਰ ਘੱਟ ਗਿਣਤੀ ਨਹੀਂ ਹੈਗੇ ਜਿਹੜੇ ਸਾਡੇ ਗੁਆਂਢੀ ਮੁਲਕਾਂ ਵਿੱਚ, ਅਸੀਂ ਉਹਨਾਂ ਘੱਟ ਗਿਣਤੀਆਂ ਦੀ ਸੁਰੱਖਿਆ ਕਰਨੀ, ਕਿਉਂਕਿ ਉਹਨਾਂ 'ਤੇ ਸ਼ਬਦ ਉਹਨਾਂ ਮੁਲਕਾਂ ਵਿੱਚ ਹੋ ਰਿਹਾ, ਉਹ ਇਸ ਕਰਕੇ ਇੰਡੀਆ ਆਏ ਆ। ਨਹੀਂ, ਇਹ ਜਿਹੜੀ ਐਕਸਪਲੇਨੇਸ਼ਨ ਗਲਤ ਦਿੱਤੀ ਜਾ ਰਹੀ ਹੈ। ਪਹਿਲੀ ਗੱਲ ਇਹ ਹੈ ਕਿ ਹਿੰਦੁਸਤਾਨ ਦਾ ਜਿਹੜਾ ਸੰਵਿਧਾਨ ਹੈ ਉਹਦੀ ਮੂਲ ਜਿਹੜੀ ਆਪਾਂ ਕਹਾਂਗੇ ਗੁੱਲੀ ਹੈ, ਜਿਹੜੀ ਮੂਲ ਤਾਕਤ ਹੈ, ਉਹ ਸੈਕੂਲਰਿਜ਼ਮ ਹੈ। ਉਹਨੂੰ ਤੋੜਿਆ ਜਾ ਰਿਹਾ, ਆਰਟੀਕਲ 14, ਆਰਟੀਕਲ 25, 26, 27, 28 ਸਾਰਿਆਂ ਨੂੰ ਤੋੜਿਆ ਜਾ ਰਿਹਾ। ਕੇਸ਼ਵਾਨੰਦ ਭਾਰਤੀ ਕੇਸ ਦੇ ਵਿੱਚ ਈਵਨ ਸੁਪਰੀਮ ਕੋਰਟ ਨੇ ਕਿਹਾ ਵੀ ਜੇ ਕੋਈ ਇਹੋ ਜਿਹਾ ਕਾਨੂੰਨ ਬਣਾਇਆ ਜਾਵੇ ਜਿਹੜਾ ਸਾਡੇ ਸੰਵਿਧਾਨ ਦੀ ਮੂਲ ਭਾਸ਼ਾ ਨੂੰ ਤੋੜੇ, ਉਹ ਗਲਤ ਹੈ। ਇੱਕ ਤਾਂ ਬੇਸਿਕ ਸਟਰਕਚਰ ਨੂੰ ਇਹ ਤੋੜਦਾ, ਉਹਦੇ ਉੱਤੇ ਅਟੈਕ ਹੈ ਸਿੱਧਾ ਬੇਸਿਕ ਸਟਰਕਚਰ 'ਤੇ। ਦੂਜੀ ਗੱਲ ਜੇ ਮਨੋਰਟੀ ਦੀ ਗੱਲ ਕਰਦੇ ਨੇ, ਬੁੱਧੀ ਕੌਣ ਕਹਿੰਦਾ? ਬੁੱਧੀ ਤਾਂ ਚੀਨ ਦੇ ਵਿੱਚ ਸਭ ਤੋਂ ਜ਼ਿਆਦਾ ਨੇ, ਬੁੱਧੀ ਮਨੋਰਟੀ ਕਿਵੇਂ ਹੋ ਗਏ ਬਾਹਰਲੇ ਮੁਲਕਾਂ 'ਚ? ਅਤੇ ਬੁੱਧੀ ਉਹਨੂੰ ਵਿੱਚ ਪਾਇਆ, ਤੁਸੀਂ ਦੇਖੋ 6 ਕਮਿਊਨਿਟੀਆਂ ਵਿੱਚ ਪਾਈਆਂ ਨੇ, 2 ਛੱਡੀਆਂ ਨੇ, ਹਿੰਦੂ, ਸਿੱਖ, ਜੈਨੀ, ਬੋਧੀ, ਪਾਰਸੀ ਅਤੇ ਈਸਾਈ, ਯਹੂਦੀਆਂ ਨੂੰ ਅਤੇ ਮੁਸਲਮਾਨਾਂ ਨੂੰ ਛੱਡਿਆ। ਸਿੱਧੀ ਗੱਲ ਹੀ ਹੈ, ਤੁਸੀਂ ਜਾਣ ਬੁੱਝ ਕੇ ਇੱਕ ਕਮਿਊਨਿਟੀ ਨੂੰ ਬਾਹਰ ਛੱਡ ਦਿਓ ਵੀ ਇਹਨਾਂ ਦਾ। ਅਗਲੀ ਗੱਲ ਅਸੀਂ ਕਿਹਾ ਜਾ ਰਿਹਾ ਉਰੇ ਕਿ ਜੀ ਜਿਹੜੇ ਪੁਰਾਣੇ ਬੈਠੇ ਨੇ, ਪੁਰਾਣੇ ਨਹੀਂ, ਉਹਨਾਂ ਨੇ ਕਿਹਾ ਹੁਣ ਵੀ 11 ਸਾਲ ਦੀ ਪਹਿਲਾਂ ਸ਼ਰਤ ਸੀਗੀ, ਅਸਾਮੀਆਂ ਦਾ ਰੌਲਾ ਵੀ ਇਹ ਹੈ, ਹੁਣ ਉੱਥੇ 6 ਸਾਲ ਦੀ ਕਰਤੀ, 6 ਸਾਲ ਕਰਤੀ ਘਟਾ ਕੇ। ਦੂਜੀ ਗੱਲ ਕੀ ਕਰਤੀ ਵੀ ਜਿਹੜੇ ਉੱਥੇ ਆ ਗਏ ਅਸਾਮੀਆਂ ਦਾ ਤਾਂ ਇਹੀ ਰੌਲਾ ਵੀ ਸਾਨੂੰ, ਅਸੀਂ ਗੈਰ ਅਸਾਮੀ ਜਿਹੜੇ। ਇੱਕ ਮਿੰਟ, ਇਹਦੇ ਵਿੱਚ ਜਿਹੜਾ ਅਸਾਮ ਅਕੋਰਡ ਹੈ 85, ਮੈਂ ਆ ਰਿਹਾ ਉਹਨਾਂ ਦਾ ਇਹੀ ਝਗੜਾ। ਫਿਰ ਅਸਾਮ ਅਕੋਰਡ ਨੂੰ 6 ਪਾਇਆ ਗਿਆ ਕਿ ਜੀ 1971 25 ਮਾਰਚ 1971 ਤੱਕ ਜਿਹੜੇ ਆ ਗਏ, 24 ਮਾਰਚ 25 ਮਾਰਚ ਉਦੋਂ ਤੱਕ ਜਿਹੜੇ ਆ ਗਏ, ਉਦੋਂ ਬਾਅਦ ਹੁਣ ਉਹ ਅੱਜ ਭਾਵੇਂ ਅੱਜ ਆਏ ਹੁਣ, ਕਿਉਂਕਿ ਜਦ ਤੁਸੀਂ ਇਹ ਗੱਲ ਕਰਤੀ ਵੀ ਆਹ 6 ਕਮਿਊਨਿਟੀਆਂ ਜਦ ਮਰਜ਼ੀ ਆ ਜਾਣ ਉਹਨਾਂ ਨੂੰ ਤਾਂ ਅਸੀਂ ਦੇਵਾਂਗੇ ਸ਼ਰਨ, ਉਹ ਤਾਂ ਸਾਡੇ ਸ਼ਹਿਰੀ ਬਣ ਸਕਦੇ ਨੇ, ਉਹ ਸਾਡੇ ਨਾਗਰਿਕ ਬਣ ਸਕਦੇ ਨੇ। ਤੁਸੀਂ ਸਾਡਾ ਸਭ ਤੋਂ ਵੱਡਾ ਬੇਸਿਕ ਫੰਡਾਮੈਂਟਲ ਹੈ ਕਿ ਸਾਡੇ ਦੇਸ਼ ਦੀ ਨਾਗਰਿਕਤਾ ਧਰਮ ਦੇ ਆਧਾਰ 'ਤੇ ਨਹੀਂ ਹੈ, ਸਾਡੇ ਦੇਸ਼ ਦੀ ਨਾਗਰਿਕਤਾ ਸਾਡੇ ਸੰਵਿਧਾਨ ਦੇ ਆਧਾਰ 'ਤੇ ਹੈ। ਕੋਈ ਵੀ ਧਰਮ ਹੋਵੇ, ਇਹਨਾਂ ਨੇ ਉਸ ਨੂੰ ਧਰਮ ਦੇ ਆਧਾਰ 'ਤੇ ਬਣਾਉਣ ਦੀ ਕੋਸ਼ਿਸ਼ ਕਰੀ ਆ। ਇਹ ਸਭ ਤੋਂ ਵੱਡਾ ਹਮਲਾ ਹੈ ਦੇਸ਼ ਦੇ ਸੰਵਿਧਾਨ ਦੇ ਉੱਤੇ, ਦੇਸ਼ ਦੇ ਸੰਵਿਧਾਨ 'ਤੇ ਹਮਲਾ। ਭੁੱਲਰ ਸਾਹਿਬ, ਕੁਝ ਦਿਨ ਪਹਿਲਾਂ ਸੰਵਿਧਾਨ ਦਿਵਸ ਮਨਾਇਆ, ਤੁਸੀਂ ਸਾਰੀਆਂ ਸੂਬੇ ਦੀਆਂ ਸਰਕਾਰਾਂ ਨੂੰ ਕਿਹਾ ਵਿਧਾਨ ਸਭਾ ਵਿੱਚ ਜਾ ਕੇ ਸੰਵਿਧਾਨ ਦਿਵਸ ਮਨਾਓ, ਅਤੇ ਅੱਜ ਤੁਹਾਡੇ 'ਤੇ ਸਵਾਲ ਉੱਠਦੇ ਪਏ ਆ, ਤੁਸੀਂ ਸੰਵਿਧਾਨ ਦੇ ਜਿਹੜਾ ਮੂਲ ਸਿਧਾਂਤ ਹੈਗਾ ਉਹਨੂੰ ਹੀ ਮਾਰਨ 'ਤੇ ਤੁਲੇ ਹੋਏ ਹੋ, ਤੁਸੀਂ ਉਹਦੀ ਹੀ ਉਲੰਘਣਾ ਕਰ ਰਹੇ ਹੋ, ਤੁਸੀਂ ਸੰਵਿਧਾਨ ਦਿਵਸ ਮਨਾਉਣਾ ਇੱਕ ਸ਼ੋਸ਼ਾ ਹੀ ਹੈ, ਦਿਖਾਵਾ ਹੀ ਹੈ? ਫਿਰ ਦੇਖੋ, ਇਸ ਤਰ੍ਹਾਂ ਸਿਟੀਜ਼ਨਸ਼ਿਪ ਐਕਟ ਹੈਗਾ, ਇਹ ਕੋਈ ਅੱਜ ਦਾ ਐਕਟ ਨਹੀਂ ਸੀਗਾ, ਲੇਕਿਨ ਉਹਨੂੰ ਨਾ ਹੀ ਕਦੀ ਇੰਪਲੀਮੈਂਟ ਕੀਤਾ ਗਿਆ, ਨਾ ਹੀ ਉਹਨੂੰ ਕਦੀ ਵੀ ਤਰੀਕੇ ਨਾਲ ਇਸਤੇਮਾਲ ਕੀਤਾ ਗਿਆ। ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਬਾਰਡਰ ਕ੍ਰੋਸ ਕਰਕੇ ਲੋਕ ਹਿੰਦੁਸਤਾਨ 'ਚ ਆ ਕੇ ਵਸਣੇ ਸ਼ੁਰੂ ਹੋ ਗਏ, ਇੱਥੋਂ ਦੇ ਆਧਾਰ ਕਾਰਡ, ਇੱਥੋਂ ਦੇ ਰਾਸ਼ਨ ਕਾਰਡ, ਇੱਥੋਂ ਦੇ ਹਰ ਚੀਜ਼ ਜਿਹੜੀ ਹੈ, ਇੱਥੋਂ ਦੇ ਵੋਟਰ ਸਭ ਕੁਝ ਉਹ ਬਣ ਗਏ। ਲੇਕਿਨ ਜਦੋਂ ਕਿਤੇ ਕੋਈ ਗੱਲ ਹੁੰਦੀ, ਕੋਈ ਕ੍ਰਾਈਮ ਹੁੰਦਾ, ਉਦੋਂ ਜੇ ਫੜੇ ਜਾਣ ਤਾਂ ਉਹ ਕਹਿੰਦੇ ਜੀ ਅਸੀਂ ਤਾਂ ਸਾਡੇ 'ਤੇ ਲਾਗੂ ਹੀ ਨਹੀਂ ਹੁੰਦਾ ਤੁਹਾਡਾ ਕੋਈ ਜਿਹੜਾ ਹੈ ਲਾਅ ਹੈਗਾ, ਅਸੀਂ ਤਾਂ ਬੰਗਲਾਦੇਸ਼ੀ ਹਾਂ ਜੀ, ਸਾਡਾ ਲਾਅ ਹੀ ਉੱਥੋਂ ਦਾ ਲਾਗੂ ਹੁੰਦਾ। ਤਰਕ ਮੈਂ ਉਹੀ ਉਸੇ 'ਤੇ ਹੀ ਆ ਰਿਹਾ, ਜਦੋਂ ਇੱਕ ਮਿੰਟ ਜੀ, ਇੱਕ ਮਿੰਟ, ਮੈਂ ਤੁਹਾਡੇ ਕਹੇ 'ਚ ਨਹੀਂ ਬੋਲਿਆ ਹੈਗਾ, ਤੁਹਾਨੂੰ ਗੱਲ ਕਰਦਾ ਮੈਂ ਸਿੱਧਾ ਗੱਲ ਕਰਨਾ ਚਾਹੁੰਦਾ ਕਿ ਜਿਹੜਾ ਇਹ ਲੈ ਕੇ ਆਉਂਦਾ ਇਹ 'ਚ ਬਿਲਕੁਲ ਔਰ ਬਿਲਕੁਲ ਜਿਹੜੀ ਸਿਟੀਜ਼ਨਸ਼ਿਪ ਇੱਕ ਹੋਣੀ ਚਾਹੀਦੀ ਹੈ, ਹਰ ਬੰਦੇ ਦਾ ਇੱਕ ਆਈਡੈਂਟੀਫਿਕੇਸ਼ਨ ਹੋਣੀ ਚਾਹੀਦੀ ਹੈ, ਉਹਦਾ ਕਰਕੇ ਲੈ ਕੇ ਆਉਂਦਾ। ਜਿਹੜੇ ਲੋਕ ਇੱਥੇ ਇਨਲੀਗਲ ਵੇ ਨਾਲ ਰਹਿ ਰਹੇ ਨੇ ਉਹਨਾਂ ਨੂੰ ਵੀ ਆਈਡੈਂਟੀਫਾਈ ਕਰਨਾ ਚਾਹੀਦਾ। ਇਹ ਨਹੀਂ ਕਿ ਕੋਈ ਵੀ ਆ ਕੇ ਜਦੋਂ ਮਰਜ਼ੀ ਇੱਥੇ ਆਧਾਰ ਕਾਰਡ ਬਣਾ ਲਏ, ਜਦੋਂ ਮਰਜ਼ੀ ਇੱਥੇ ਵੋਟਰ ਕਾਰਡ ਬਣਾ ਲਏ, ਜਦੋਂ ਮਰਜ਼ੀ ਲਾਇਸੈਂਸ ਬਣਾ ਲਏ, ਸਾਰਾ ਕੁਝ ਕਰ ਲਏ। ਜਦੋਂ ਬਾਕੀ ਕੰਟਰੀਜ਼ ਇਹ ਚੀਜ਼ ਕਰ ਰਹੀਆਂ ਨੇ ਤਾਂ ਸਾਡੀ ਕੰਟਰੀ 'ਚ ਜੇ ਹੋ ਰਿਹਾ ਉਹ 'ਚ ਕਿੰਤੂ ਪਰੰਤੂ। ਸਵਾਲ ਇੱਕ ਇਹ ਹੈਗਾ, ਮੈਂ ਬਹੁਤ ਤੁਹਾਡਾ ਠਰਮਿਆਂ ਵਾਲੇ ਸਵਾਲ ਕਰ ਰਿਹਾ ਹੈਗਾ, ਜਿਹੜੇ ਆਮ ਲੋਕ ਪੁੱਛਣਾ ਚਾਹ ਰਹੇ ਆ, ਤੁਸੀਂ ਦੇਸ਼ ਵਿੱਚ ਡਰ ਦਾ ਮਾਹੌਲ ਕਿਉਂ ਪੈਦਾ ਕੀਤਾ? ਕਿਸ ਚੀਜ਼ ਦਾ ਡਰ? ਹਰ ਚੀਜ਼ ਤੁਸੀਂ ਨਾਗਰਿਕਾਂ ਨੂੰ ਸੋਧਣ 'ਤੇ ਲੱਗੇ ਹੋਏ ਹੋ, ਹਰ ਚੀਜ਼ ਜਿਹੜੀ ਨਾਗਰਿਕਾਂ ਨੂੰ ਅਸਲ ਜੀਵਨ ਦੇ ਦੇਣਾ, ਜਿਹੜਾ ਉਹਨਾਂ ਦਾ ਜਿਹਨਾਂ ਨਾਲ ਜੀਵਨ ਬਚਣਾ, ਉਹਨਾਂ ਸਮਾਜਿਕ ਸੁਰੱਖਿਆ ਦਿਓ, ਤੁਸੀਂ ਕਿਹੜੀ ਸੁਰੱਖਿਆ ਦੀ ਗੱਲ ਕਰੀ ਜਾਂਦੇ? ਉਸੇ 'ਤੇ ਸਾਰਾ ਕੁਛ ਆ ਰਿਹਾ, ਇਹ ਡਰ ਉਹਨਾਂ ਨੂੰ ਪੈਦਾ ਹੋ ਰਿਹਾ ਜਿਹੜੇ ਜਦੋਂ ਦਿਲ ਕਰਦਾ ਸੀਗਾ
ਦੰਗਾ ਫਸਾਦ ਕਰ ਲੈਂਦੇ ਸੀਗੇ ਜਦੋਂ ਦਿਲ ਕਰਦਾ ਸੀਗਾ ਬੰਦ ਕਰਾ ਤੇ ਆ 370 ਦੀ ਗੱਲ ਡਰੇ ਹੋਇਆ ਪੈਨਲਿਸਟ ਤੁਹਾਡੇ ਨਾਲ 370 ਦੀ ਤਿੰਨਾਂ ਪੈਨਲਿਸਟ ਤੇ ਤੁਸੀਂ ਗੱਲ ਸੁਣ ਲਈ ਹੈ ਡਰੇ ਹੋਇਆ ਉਹ ਕਿਹੜੇ ਡਰੇ ਹੋਏ ਨੇ ਡਰੇ ਹੋਇਆ ਜਾਂ ਅਸਲ ਚ ਵਿਰੋਧ ਜਤਾ ਰਹੇ ਅੱਜ ਤੁਹਾਡੇ ਕੋਲ ਅਗਰ ਤੁਸੀਂ ਸਰਕਾਰ ਦਾ ਵਿਰੋਧ ਜਤਾ ਰਹੇ ਹੋ ਤੁਸੀਂ ਮੇਰੇ ਡਰੇ ਹੋਏ ਹੋ ਤੇ ਮੀਡੀਆ ਦੇ ਬਹਿ ਕੇ ਵਿਰੋਧ ਜਤਾ ਰਹੇ ਡਰੇ ਹੋਏ ਤਾਂ ਹੁੰਦੇ ਨੇ ਇੱਥੇ ਨਾ ਬੈਠੇ ਹੁੰਦੇ ਉਹਨੂੰ ਡਰ ਕਹਿੰਦੇ ਇੱਥੇ ਕੋਈ ਡਰ ਨਹੀਂ ਸਾਨੂੰ ਬੋਲਣ ਦਾ ਅਧਿਕਾਰ ਹੈ ਸਾਰੇ ਖੁੱਲ੍ਹ ਕੇ ਬੋਲ ਰਹੇ ਆ ਸਰਕਾਰ ਨੇ ਅਗਰ ਕੁਛ ਕੀਤਾ ਉਹਦੇ ਵਿਰੋਧ 'ਚ ਵੀ ਬੋਲ ਰਹੇ ਆ ਔਰ ਦੂਸਰੀ ਗੱਲ ਮੈਂ ਕਮਿਊਨਿਸਟਾਂ ਦਾ ਤੇ ਮੈਂ ਗੱਲ ਹੀ ਨਹੀਂ ਕਰਦਾ ਵੀ ਹਾਂ ਵੀ ਉਹਨਾਂ ਨੂੰ ਇਸ ਚੀਜ਼ ਤੇ ਬੋਲਣ ਦਾ ਅਧਿਕਾਰ ਹੈਗਾ ਉਹ ਤੇ ਆਪ ਸਰਕਾਰ ਦੇ ਨਾਲ ਸੰਵਿਧਾਨ ਨੂੰ ਮੰਨਦੇ ਨੇ ਚੱਲਦਾ ਮੈਂ ਕਮਿਊਨਿਸਟ ਨੂੰ ਵੀ ਤੂੰ ਧਰਮ ਮੰਨ ਲੈਂਦੇ ਤੇ ਉਹਨਾਂ ਚ ਆਊਟ ਕਰ ਦੇ ਜਨਾਬ ਇੱਕ ਮਿੰਟ ਨਾ ਤੇ ਉਹ ਇਸ ਸੰਵਿਧਾਨ ਨੂੰ ਮੰਨਦੇ ਨੇ ਨਾ ਇਹ ਤਿਰੰਗੇ ਨੂੰ ਮੰਨਦੇ ਨੇ ਇਹ ਤੇ ਲਾਲ ਬਣਾਉਣਾ ਚਾਹੁੰਦੇ ਹਰ ਚੀਜ਼ ਨੂੰ ਤੇ ਇਹਨਾਂ ਦਾ ਤਾਂ ਕੋਈ ਬਣਦਾ ਹੀ ਨਹੀਂ ਵੀ ਇਹ ਕਿਸ ਆਧਾਰ ਤੇ ਗੱਲ ਕਰਦੇ ਆ ਇਹ ਕਿਹਨਾਂ ਦੇ ਠੀਕ ਠੀਕ ਕਮਲਜੀਤ ਇਸ ਸਵਾਲ ਦਾ ਜਵਾਬ ਦਿਓ ਤੁਸੀਂ ਝੰਡੇ ਨੂੰ ਨਹੀਂ ਮੰਨਦੇ ਨਹੀਂ ਨਹੀਂ ਝੰਡੇ ਨੂੰ ਕਿਉਂ ਨਹੀਂ ਮੰਨਦੇ ਦੇਸ਼ ਦਾ ਜਿਹੜਾ ਝੰਡਾ ਹੈਗਾ ਬਿਲਕੁਲ ਅਸੀਂ ਉਸ ਝੰਡੇ ਨੂੰ ਮੰਨਦੇ ਹਾਂ ਉਸਦਾ ਸਨਮਾਨ ਹੈ ਜਿਹੜੀ ਆਪਾਂ ਬਹਿਸ ਨੂੰ ਬਿਲਕੁਲ ਉੱਥੇ ਲੈ ਕੇ ਆਉਣਾ ਚਾਹੁੰਦੇ ਹਾਂ ਜਿਹੜਾ ਇਸ ਵੇਲੇ ਨੁਕਤਾ ਹੈ ਇਸ ਵੇਲੇ ਦੇਸ਼ ਦਾ ਝੰਡਾ ਨਹੀਂ ਖਤਰੇ 'ਚ ਇਸ ਵੇਲੇ ਦੇਸ਼ ਦੀ ਬਣਤਰ ਦੀ ਬੁਨਿਆਦ ਖਤਰੇ ਦੇ ਵਿੱਚ ਹੈ ਵੈਰੀ ਐਟਮ ਜਿਹੜੇ ਤੋਂ ਇਹ ਦੇਸ਼ ਬਣਿਆ ਹੋਇਆ ਉਹ ਸਿਟੀਜ਼ਨਸ਼ਿਪ ਹੈ ਇਸ ਵੇਲੇ ਉਹ ਖਤਰੇ ਦੇ ਵਿੱਚ ਪਾਈ ਜਾ ਰਹੀ ਹੈ ਉਹਨੂੰ ਰਿਵਿਊ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਵੇਂ ਸਿਰੇ ਤੋਂ ਤੈਅ ਕਰਨਾ ਚਾਹ ਰਹੇ ਨੇ ਕਿ ਸਾਡੇ ਮੁਲਕ ਦੇ ਅੰਦਰ ਰਹਿਣ ਵਾਲੇ ਦੀ ਡੈਫੀਨੇਸ਼ਨ ਕੀ ਹੋਊਗੀ ਅਤੇ ਇਹਦੇ ਖਿਲਾਫ ਪਹਿਲਾਂ ਵੀ ਗੱਲ ਉੱਠੀ ਸੀਗੀ ਵੀ ਕੌਣ ਕੌਣ ਨਾਲ ਖੜਾ ਇਹ ਸਵਾਲ ਇਕੱਲਾ ਮਿਨੋਰਟੀਜ਼ ਦਾ ਨਹੀਂ ਹੈ 900 ਦੇਸ਼ ਦੇ ਵਿਗਿਆਨੀਆਂ ਨੇ 900 ਸਾਇੰਟਿਸਟ ਨੇ ਬਕਾਇਦਾ ਚਿੱਠੀ ਲਿਖ ਕੇ ਉਹਨਾਂ ਨੇ ਵਿਰੋਧ ਦਰਜ ਕਰਵਾਇਆ ਵੀ ਇਹ ਬਹੁਤ ਗਲਤ ਹੋ ਰਿਹਾ ਹੈ ਹੁਣ ਵਿਗਿਆਨ ਵਾਲੇ ਬੰਦਿਆਂ ਦਾ ਕੀ ਰੌਲਾ ਕੀ ਕੰਸਰਨ ਹੈ ਉਹਨਾਂ ਦਾ ਕੰਸਰਨ ਇਹ ਹੈ ਕਿ ਜਿਸ ਮੁਲਕ ਦੇ ਵਿੱਚ ਅਸੀਂ ਰਹਿਣਾ ਜਿਸ ਮੁਲਕ ਨੂੰ ਅਸੀਂ ਸਾਰੇ ਸ਼ੇਅਰ ਕਰਦੇ ਹਾਂ ਇੱਕ ਸ਼ੇਅਰਡ ਸਾਡੀ ਇੱਕ ਵਿਰਾਸਤ ਵੀ ਹੈ ਅਤੇ ਅਸੀਂ ਸਾਡੀ ਇੱਕ ਕਮਿਊਨਿਟੀ ਹੈ ਇੱਕ ਬਹੁਤ ਵੱਡੀ ਸ਼ੇਅਰਡ ਉਸ ਕਮਿਊਨਿਟੀ ਨੂੰ ਅਚਾਨਕ ਕੋਈ ਇੱਕ ਸਰਕਾਰ ਆਉਂਦੀ ਹੈ ਜਿਹੜੀ ਰਾਤੋ ਰਾਤ ਕਹਿੰਦੀ ਹੈ ਕਿ ਹੁਣ ਅਸੀਂ ਨਵੇਂ ਸਿਰੇ ਤੋਂ ਤੈਅ ਕਰਾਂਗੇ ਇਸ ਕਮਿਊਨਿਟੀ ਦਾ ਮੈਂਬਰ ਕੌਣ ਹੋਏਗਾ ਕੌਣ ਨਹੀਂ ਹੋਏਗਾ ਜਿਹੜੀ ਗੱਲ ਹੈ ਇਹਨਾਂ ਨੇ ਕਿਹਾ ਵੀ ਮੈਂ ਖੈਰ ਇਸ ਤਰਕ ਨੂੰ ਮੈਨੂੰ ਲੱਗਦਾ ਵੀ ਕਿੰਨਾ ਕੁ ਡੀਲ ਕਰੀਏ ਕਿਉਂਕਿ ਇਹ ਤਰਕ ਬੜਾ ਨਿੱਜੀ ਤਰਕ ਮੈਨੂੰ ਲੱਗਿਆ ਕਿ ਉਹ ਵਿਅਕਤੀ ਫੜੇ ਜਾਂਦੇ ਨੇ ਉਹਨਾਂ ਕੋਲ ਕੋਈ ਨਾਗਰਿਕਤਾ ਨਹੀਂ ਹੁੰਦੀ ਇਸ ਕਰਕੇ ਉਹਨਾਂ ਨੂੰ ਟ੍ਰਾਇਲ ਨਹੀਂ ਕੀਤਾ ਜਾ ਸਕਦਾ ਮਤਲਬ ਉਹਨਾਂ ਨੂੰ ਨਾਗਰਿਕਤਾ ਦੇ ਕੇ ਉਹਨਾਂ ਦਾ ਟ੍ਰਾਇਲ ਕਰਨਾ ਇਹ ਤਾਂ ਇੱਦਾਂ ਦਾ ਕੋਈ ਗੱਲ ਨਿਕਲ ਰਹੀ ਹੈ ਇਹ ਮੈਨੂੰ ਲੱਗਦਾ ਵੀ ਇਹ ਖੈਰ ਸ਼ਾਇਦ ਬੀਜੇਪੀ ਇਹ ਤਰਕ ਪਤਾ ਨਹੀਂ ਦੇ ਰਹੀ ਹੈ ਕਿ ਨਹੀਂ ਦੇ ਰਹੀ ਪਰ ਇੱਕ ਗੱਲ ਜ਼ਰੂਰ ਸਪਸ਼ਟ ਹੈ ਕਿ ਜੇ ਸੱਚਮੁੱਚ ਅਸੀਂ ਬਾਹਰਲੋਂ ਲੋਕਾਂ ਨੂੰ ਜਿਨ੍ਹਾਂ ਦਾ ਕਿਤੇ ਵੀ ਜ਼ੁਲਮ ਹੋ ਰਿਹਾ ਹੈ ਕਿਸੇ ਆਪਣੇ ਮੁਲਕ ਦੇ ਵਿੱਚ ਉਹਨਾਂ ਦੇ ਨਾਲ ਜੇ ਅਸੀਂ ਸੱਚਮੁੱਚ ਕੋਈ ਹਮਦਰਦੀ ਜਿਤਾਉਣਾ ਚਾਹੁੰਦੇ ਹਾਂ ਮੈਂ ਕਹਿੰਦਾ ਬਿਲਕੁਲ ਠੀਕ ਹੈ ਵਰਲਡ ਓਵਰ ਜਿਹੜੀ ਇਮੀਗ੍ਰੇਸ਼ਨ ਦਾ ਕੁਐਸਚਨ ਹੈ ਮਾਈਗ੍ਰੈਂਟਸ ਦਾ ਕੁਐਸਚਨ ਹੈ ਵਰਲਡ ਓਵਰ ਇੱਕ ਕੁਐਸਚਨ ਹੈ ਅਸੀਂ ਜੇ ਸੱਚਮੁੱਚ ਇਸ ਭਾਵਨਾ ਨੂੰ ਇਹ ਸਰਕਾਰ ਦਿਖਾਉਣਾ ਚਾਹੁੰਦੀ ਹੈ ਤਾਂ ਫਿਰ ਇੱਕ ਜਨਰਲ ਇਮੀਗ੍ਰੇਸ਼ਨ ਇੱਕ ਜਨਰਲ ਜਿਹੜੀ ਮਾਈਗ੍ਰੈਂਟਸ ਵਾਸਤੇ ਇੱਕ ਸੁਰੱਖਿਆ ਦੀ ਪਾਲਿਸੀ ਜਾਂ ਸ਼ਰਨਾਰਥੀਆਂ ਵਾਸਤੇ ਕੋਈ ਕਾਨੂੰਨ ਸਾਹਮਣੇ ਆਉਂਦਾ ਸਾਡੀ ਸਿਟੀਜ਼ਨਸ਼ਿਪ ਅਮੈਂਡਮੈਂਟ ਕਰਨ ਦੀ ਉਸਦੇ ਵਿੱਚ ਬਿਲਕੁਲ ਲੋੜ ਨਹੀਂ ਹੈਗੀ ਸਾਨੂੰ ਇਹ ਦੱਸਣ ਦੀ ਲੋੜ ਹੈਗੀ ਹੈ ਕਿ ਕੱਲ੍ਹ ਨੂੰ ਰੋਹਿੰਗਿਆ ਜਿਹੜੇ ਨੇ ਉਹ ਆਪਣੇ ਮੁਲਕ ਦੇ ਵਿੱਚ ਪ੍ਰਤਾੜਿਤ ਕੀਤੇ ਜਾਂਦੇ ਨੇ ਉਹਨਾਂ ਨੂੰ ਮਾਰਿਆ ਜਾਂਦਾ ਹੈ ਬੋਟਮੈਨ ਬਣ ਕੇ ਇੰਟਰਨੈਸ਼ਨਲ ਵਾਟਰਸ ਦੇ ਵਿੱਚ ਉਹ ਘੁੰਮਦੇ ਨੇ ਅਸੀਂ ਉਹਨਾਂ ਨੂੰ ਵੀ ਰਸਤਾ ਖੋਲ੍ਹਾਂਗੇ ਅਸੀਂ ਉਹਨਾਂ ਨੂੰ ਵੀ ਜਗ੍ਹਾ ਦੇਵਾਂਗੇ ਜੇ ਖੁੱਲ੍ਹ ਦਿਲੀ ਦਿਖਾਉਣੀ ਹੈ ਜੇ ਬਾਹਰ ਦੀਆਂ ਲੋਕਾਂ ਨੂੰ ਸ਼ਰਨਾਰਥੀ ਦੇ ਤੌਰ ਦੇ ਉੱਤੇ ਖੁੱਲ੍ਹ ਦਿਲੀ ਦਿਖਾਉਣੀ ਹੈ ਤੇ ਉਧਰ ਤਬਦੀਲੀਆਂ ਕਰਨ ਦੀ ਲੋੜ ਹੈ ਉਹ ਫੋਰਨ ਪਾਲਿਸੀ ਦੇ ਵਿੱਚ ਤਬਦੀਲੀ ਕਰਨ ਦੀ ਲੋੜ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਮਿਊਨਿਟੀਜ਼ ਨੂੰ ਸੱਦਾ ਦੇਣ ਦੀ ਲੋੜ ਹੈ ਵੀ ਕਿਧਰੇ ਵੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਏਗੀ ਅਸੀਂ ਉਹਨਾਂ ਨੂੰ ਇੱਥੇ ਉਹਨਾਂ ਹਿਊਮਨ ਰਾਈਟਸ ਦੇ ਜਿਹੜੇ ਪੀੜਤ ਹੋਣਗੇ ਉਹਨਾਂ ਨੂੰ ਹਿੰਦੁਸਤਾਨ ਦੇ ਵਿੱਚ ਜਗ੍ਹਾ ਦੇਵਾਂਗੇ ਇਹ ਕਹਿਣ ਦੀ ਲੋੜ ਹੈ ਠੀਕ ਡਟ ਕਰਕੇ ਜਿਹੜੀ ਗੱਲ ਕਮਲਜੀਤ ਹਰੀ ਕਹਿ ਰਹੇ ਆ ਕਿ ਸਾਨੂੰ ਆਦੀ ਇਮੀਗ੍ਰੇਸ਼ਨ ਪਾਲਿਸੀ ਉਹਦੇ ਵਿੱਚ ਕੁਝ ਚੀਜ਼ਾਂ ਸੋਧਣੀਆਂ ਚਾਹੀਦੀਆਂ ਸੀਗੀਆਂ ਅਸੀਂ ਜਿਹੜੇ ਮਾਈਗ੍ਰੈਂਟਸ ਹੈਗੇ ਆ ਉਹਨਾਂ ਨੂੰ ਦੱਸਣਾ ਚਾਹੀਦਾ ਸੀ ਅਸੀਂ ਕਰ ਕੀ ਰਹੇ ਹੈਗੇ ਆ ਇਸ ਐਕਟ ਦੇ ਵਿੱਚ ਸੋਧ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਬਿਲਕੁਲ ਨਹੀਂ ਬਿਲਕੁਲ ਨਹੀਂ ਸਾਡੇ ਕੋਲ ਇਹ ਵੀ ਹਿੰਦੁਸਤਾਨ ਦਾ ਸ਼ਹਿਰੀ ਕੌਣ ਹੋਏਗਾ ਸਾਡੇ ਸੰਵਿਧਾਨ 'ਚ ਡਿਫਾਈਨਡ ਹੈ ਸੈਕਸ਼ਨ ਧਾਰਾ 5 ਤੋਂ ਲੈ ਕੇ 11 ਤੱਕ ਕਿ ਜੀ ਤੁਸੀਂ ਬਾਈ ਬਰਥ ਹੋ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਦੇ ਉਸਦੇ 11 ਸਾਲ ਰਹਿੰਦਾ ਜਿਹੜਾ ਹਿੰਦੁਸਤਾਨ ਨਹੀਂ ਕੱਢਾ 11 ਸਾਲ ਹੀ ਨਹੀਂ ਹੋਰ ਬੜੀਆਂ ਸ਼ਰਤਾਂ ਨੇ ਤੁਹਾਡਾ ਬਾਪ ਇੱਥੋਂ ਦਾ ਹੋਵੇ ਤੁਹਾਡੀ ਮਾਂ ਇੱਥੋਂ ਦੀ ਹੋਵੇ ਜਾਂ ਬਾਪ ਇੱਥੋਂ ਦਾ ਹੋਵੇ ਮਾਂ ਦਾ ਇਸ ਤਰ੍ਹਾਂ ਹੋਵੇ ਬੜੇ ਸ਼ਰਤਾਂ ਨੇ ਉਹਦੇ ਵਿੱਚ ਤੁਸੀਂ ਸਿਟੀਜ਼ਨਸ਼ਿਪ 6 ਤਰ੍ਹਾਂ ਹਿੰਦੁਸਤਾਨ ਦੀ ਸਿਟੀਜ਼ਨਸ਼ਿਪ ਮਿਲ ਸਕਦੀ ਹੈ ਉਹਦੇ 'ਚੋਂ ਇੱਕ ਸਿਟੀਜ਼ਨਸ਼ਿਪ ਹੈ ਜਿਹਦਾ ਇਹ ਰੌਲਾ ਕਰਦੇ ਨੇ ਵੀ ਕੋਈ ਬਾਹਰੋਂ ਇੱਦਾਂ ਹੀ ਆ ਕੇ ਇੱਥੇ ਇਹਨੂੰ ਸਿਟੀਜ਼ਨਸ਼ਿਪ ਦਿੱਤੀ ਜਾਂਦੀ ਹੈ ਜਿਹੜੇ ਕਹਿੰਦੇ ਮਾਈਗ੍ਰੇਟ ਹੋ ਕੇ ਉਹਦੇ 'ਚੋਂ ਜਿਹੜੇ ਇੱਦਾਂ ਹੀ ਆ ਜਾਂਦੇ ਨੇ ਬਾਹਰ ਦੇ ਕੋਈ ਵੀ ਉਹਦੇ ਵਾਸਤੇ ਸਿਰਫ ਵਿਗਿਆਨੀਆਂ ਵਾਸਤੇ ਛੋਟਾ ਨੇ ਜਿਨ੍ਹਾਂ ਨੇ ਕੋਈ ਖਾਸ ਗੱਲ ਕਰੀ ਹੋਵੇ ਅਦਰਵਾਈਜ਼ ਕਿਸੇ ਵਾਸਤੇ ਛੋਟਾ ਨਹੀਂ ਉਹ ਸ਼ਰਤਾਂ ਨੇ ਉਹ ਸ਼ਰਤਾਂ ਫਿਰ ਹਿੰਦੂਆਂ 'ਤੇ ਮੁਸਲਮਾਨਾਂ 'ਤੇ ਸਿੱਖਾਂ 'ਤੇ ਸਾਈਆਂ 'ਤੇ ਕਿਸੇ 'ਤੇ ਵੀ ਲਾਗੂ ਹੋਣਗੀਆਂ ਕਿਉਂਕਿ ਉਹ ਬਾਹਰਲਾ ਬਾਹਰਲਾ ਜਿਹੜਾ ਬਾਹਰਲਾ ਸਾਡੇ ਮੁਲਕ 'ਚ ਆਊਗਾ ਉਹਦੇ ਵਾਸਤੇ ਸ਼ਰਤਾਂ ਪਹਿਲਾਂ ਹੀ ਹੈਗੀਆਂ ਨੇ ਹੁਣ ਇਹ ਜਿਹੜਾ ਬਿੱਲ ਲਿਆਂਦਾ ਜਾ ਰਿਹਾ ਇਹਦੇ 'ਚ ਏਮ ਕੀ ਹੈ ਏਮ ਇਹ ਆ ਵੀ ਆਹ ਇੱਕ ਮਨੋਰਟੀ ਆ ਮੈਂ ਇਹਦੇ 'ਚ ਇੱਕ ਹੋਰ ਬਿੱਲ 'ਚ ਜਿਹੜੀ ਗੱਲ ਆਮ ਤੌਰ 'ਤੇ ਹੋ ਨਹੀਂ ਰਹੀ ਅੱਜ ਇੱਕ ਹੋਰ ਬਿੱਲ ਪੇਸ਼ ਹੋ ਰਿਹਾ
ਇਹ ਬੜਾ ਵੱਡਾ ਹਿੰਦੁਸਤਾਨ ਦੀ ਜਨਤਾ ਨੂੰ ਜਦ ਹਿੰਦੁਸਤਾਨ ਪੂਰੀ ਉਸ ਦਿਨ ਲਿਆਉਣਾ ਜ਼ਰੂਰੀ ਥੋੜ੍ਹਾ ਹੈ ਮੇਰਾ ਕੁਐਸਚਨ ਹੈ ਇਹ ਜਦ ਤੁਸੀਂ ਇੱਕ ਪਰਟੀਕੁਲਰ ਇਹ ਤਾਂ ਹਰ ਇੱਕ ਚੀਜ਼ ਦੀ ਕੋਈ ਐਕਸਪਲੇਨੇਸ਼ਨ ਹੈ ਪਲੀਜ਼ ਹਰ ਚੀਜ਼ ਦਾ ਕੋਈ ਨਾ ਕੋਈ ਬਿਆਨਬਾਜ਼ੀ ਵੀ ਆਏ ਜੀ ਇਸ ਕਰਕੇ ਲਿਆ ਬਿਲਕੁਲ ਜਾਣ ਬੁੱਝ ਕੇ ਕੈਲਕੂਲੇਟਡ ਹੁੰਦੀ ਹੈ ਤੇ ਉਹਦੀ ਕੋਈ ਐਕਸਪਲੇਨੇਸ਼ਨ ਤਾਂ ਬਣਾਉਣੀ ਹੁੰਦੀ ਹੈ ਆਫਟਰ ਲੋਕ ਸਭਾ ਦੇ ਵਿੱਚ ਚਾਹੇ 85 ਵੋਟਾਂ ਵਿਰੋਧ 'ਚ ਗਈਆਂ ਕੋਈ ਤਾਂ ਖੜੇ ਹੀ ਨੇ ਨਾ ਉੱਥੇ ਤੁਹਾਨੂੰ ਕੋਈ ਜਸਟੀਫਿਕੇਸ਼ਨ ਦੇਣੀ ਪਊਗੀ ਅਜੇ ਬੀਜੇਪੀ ਇਸ ਤਰੀਕੇ ਨਾਲ ਰੋਡਰ ਨਹੀਂ ਬਣੀ ਵੀ ਜੋ ਆਪਾਂ ਜਿਹੜੇ ਜੁਰਮਾਨਾ ਲਾ ਲਓ ਅਸੀਂ ਕਰਾਂਗੇ ਅਜੇ ਉਹ ਇੰਦਰਾ ਗਾਂਧੀ ਤਰ੍ਹਾਂ ਐਮਰਜੈਂਸੀ ਨਹੀਂ ਲਾਉਣ ਲੱਗੀ ਜਿੱਦੇ ਉਹ ਲੱਗ ਗਈ ਉਹਦੇ ਫਿਰ ਆ ਵੀ ਖਤਮ ਹੋ ਜਾਏਗਾ ਹੋਰ ਛੋੜਾ ਬ੍ਰੇਕ ਲਵਾਂਗੇ ਬ੍ਰੇਕ ਤੋਂ ਵਾਪਸ ਆਵਾਂਗੇ ਸਵਾਲ ਪ੍ਰਵਾਸੀਆਂ ਦਾ ਵੀ ਹੈਗਾ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਇਹ ਸਵਾਲ ਕਰਦੇ ਆ ਕਿ ਵਿਦੇਸ਼ਾਂ ਵਾਸਤੇ ਭਾਰਤੀਆਂ ਨੂੰ ਅਸੀਂ ਦੇਸ਼ ਆਉਣ ਤੋਂ ਰੋਕ ਸਕਦੇ ਹਾਂ ਜੇ ਉਹ ਇੱਥੇ ਵਾਪਸ ਦੇਸ਼ ਪਰਤਣ ਦੀ ਇੱਛਾ ਰੱਖਦੇ ਹੋਣ ਇਹ ਸਵਾਲ ਆਪਣੇ ਆਪ ਵਿੱਚ ਬੜਾ ਮਹੱਤਵਪੂਰਨ ਹੈਗਾ ਹਾਲਾਂਕਿ ਕਾਂਗਰਸ ਦਾ ਬੁਲਾਰਾ ਕੋਈ ਆਇਆ ਨੀਗਾ ਪਤਾ ਨਹੀਂ ਕਿੱਥੇ ਬਿਜ਼ੀ ਰਹਿੰਦੇ ਹੈਗੇ ਸਾਰੇ ਬ੍ਰੇਕ ਤੋਂ ਵਾਪਸ ਆ ਰਹੇ ਹਾਂ ਅਸੀਂ ਬਿਜ਼ੀ ਨਹੀਂ ਹੈਗੇ ਅਸੀਂ ਤੁਹਾਡਾ ਹਰ ਸਵਾਲ ਰੱਖਾਂਗੇ ਜ਼ਰੂਰ ਅਸੀਂ ਸਵਾਲ ਕਿਉਂ ਪੁੱਛ ਰਹੇ ਹਾਂ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਨਾਗਰਿਕਤਾ ਸੋਧ ਬਿੱਲ ਜ਼ਰੀਏ ਸਿਆਸੀ ਏਜੰਡੇ ਦੇ ਇਲਜ਼ਾਮ ਕਿਉਂ ਖਾਲਿਦ ਸਾਹਿਬ ਬੜਾ ਸਵਾਲ ਛੋਟਾ ਜਿਹਾ ਮੈਂ ਛੱਡ ਕੇ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਨੇ ਸਵਾਲ ਕੀਤਾ ਹੈਗਾ ਵਿਦੇਸ਼ਾਂ 'ਚ ਵਸੇ ਭਾਰਤੀਆਂ ਨੂੰ ਅਸੀਂ ਦੇਸ਼ ਹੋਣ ਤੋਂ ਰੋਕ ਸਕਦੇ ਹਾਂ ਜੇ ਉਹ ਵਾਪਸ ਦੇਸ਼ ਪਰਤਣ ਦੀ ਇੱਛਾ ਰੱਖਣ ਇਹ ਕੁਐਸਚਨ ਮਾਰਕ ਹੈ ਕੈਪਟਨ ਅਮਰਿੰਦਰ ਸਿੰਘ ਦਾ ਨਹੀਂ ਇਸ ਤਰ੍ਹਾਂ ਤਾਂ ਮੇਰੇ ਖਿਆਲ ਆਫ ਦਾ ਕਫ ਰਿਮਾਰਕਸ ਲੱਗਦੇ ਆ ਕਿਉਂਕਿ ਅਗਰ ਕੋਈ ਵੀ ਵਿਅਕਤੀ ਸੰਵਿਧਾਨ ਦੇ ਵਿੱਚ ਦਿੱਤੇ ਜਾਂ ਕਾਨੂੰਨਾਂ ਦੇ ਮੁਤਾਬਕ ਵਾਪਸ ਦੇਸ਼ ਦੇ ਵਿੱਚ ਆਉਣਾ ਚਾਹੁੰਦਾ ਹੈ ਜਾਂ ਆਉਂਦਾ ਉਹਨੂੰ ਕੌਣ ਰੋਕ ਸਕਦਾ ਔਰ ਖਾਸ ਤੌਰ ਪਰ ਉਹ ਜਿਹੜਾ PIO ਵਾਸਤੇ ਤਾਂ ਅਸੀਂ ਆਲਰੇਡੀ ਡਬਲ ਨਾਗਰਿਕਤਾ ਦੇਣ ਨੂੰ ਤੁਰੇ ਫਿਰਦੇ ਹਾਂ ਹਾਂਜੀ ਨਹੀਂ ਇਹ ਕੋਈ ਬਿਆਨ ਜਿਹੜਾ ਹੈਗਾ ਇਸ ਤਰ੍ਹਾਂ ਨਹੀਂ ਇਨਫੋਰਮਡ ਜਿਹੜੀ ਇਹ ਡਿਬੇਟ ਨੂੰ ਨਹੀਂ ਜਨਰੇਟ ਕਰਦਾ ਇਹ ਮੈਨੂੰ ਲੱਗਦਾ ਇਹ ਕਿਵੇਂ ਰਿਮਾਰਕਸ ਦਿੱਤੇ ਅਦਰਵਾਈਜ਼ ਕੋਈ ਵੀ ਵਿਅਕਤੀ ਇਹਨੂੰ ਕਿਵੇਂ ਰੋਕ ਸਕਦਾ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਇੱਥੇ ਪਾਸ ਨਹੀਂ ਹੋਣ ਦੇਵਾਂਗੇ ਕਿਸ ਚੀਜ਼ NRC ਬਾਰੇ ਵੀ ਉਹਨਾਂ ਨੇ ਬੋਲਿਆ ਦੇਖੋ ਜਿਹੜਾ ਇੱਥੇ ਹੁਣ ਦੇਖੋ ਕਈ ਕਾਨੂੰਨ ਐਸੇ ਹੈ ਸਾਡੇ ਸੰਵਿਧਾਨ ਦੇ ਵਿੱਚ ਕਈ ਅਮੈਂਡਮੈਂਟਸ ਐਸੀਆਂ ਹੈਗੀਆਂ ਜਿਹੜਾ ਕਿ ਸਟੇਟਾਂ ਤੋਂ ਵੀ ਮਨਜ਼ੂਰੀ ਲੈਣੀ ਪੈਂਦੀ ਹੈ ਅਗਰ ਜ਼ਿਆਦਾ ਸਟੇਟਸ ਉਹਨੂੰ ਮਨਜ਼ੂਰੀ ਨਹੀਂ ਦੇਣਗੇ ਤਾਂ ਉਹ ਨਹੀਂ ਪਾਸ ਹੋਏਗਾ ਉਹਦੀ ਵੀ ਇੱਕ ਆਪਣੀ ਇੱਕ ਪ੍ਰਕਿਰਿਆ ਹੈਗੀ ਇਸ ਵਿਰੋਧ ਦਾ ਮਤਲਬ ਹੈਗਾ ਜੋ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਦੂਸਰੀ ਮੈਂ ਉਸ ਸਥਿਤੀ ਨੂੰ ਸਮਝਣਾ ਚਾਹੁੰਦਾ ਜੋ ਇਸ ਵਕਤ ਬੀਜੇਪੀ ਕੋਲ ਸਥਿਤੀ ਹੈਗੀ ਹੈ ਬੀਜੇਪੀ ਦੀ ਪਹਿਲਾਂ ਸਥਿਤੀ ਬਹੁਤ ਮਜ਼ਬੂਤ ਸੀਗੀ ਹੁਣ ਉਹ ਮਜ਼ਬੂਤੀ ਆ ਜਿਹੜੀ ਪਿਛਲੇ ਦਿਨ ਘਟੀ ਆ ਜਦੋਂ ਮਹਾਰਾਸ਼ਟਰ ਦਾ ਸਾਰਾ ਐਪੀਸੋਡ ਹੋਇਆ ਉਸ ਸਭ ਦੇ ਵਿਚਾਲੇ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਜਾਂ ਵੈਸਟ ਬੰਗਾਲ ਤੋਂ ਜਿਹੜੇ ਆ ਰਹੇ ਬਿਆਨ ਉਹਨਾਂ ਦਾ ਕੋਈ ਮਤਲਬ ਹੈ ਜਾਂ ਦੇਖੋ ਜਿਸ ਵੇਲੇ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਗ੍ਰਾਫ ਥੋੜ੍ਹਾ ਜਿਹਾ ਵੀ ਡਾਊਨ ਆਉਂਦਾ ਨਾ ਬਾਕੀ ਜਿਹੜੇ ਵਿਰੋਧੀ ਹੈਗੇ ਆ ਉਹ ਨਾਲ ਹੀ ਝਟਕਣਾ ਸ਼ੁਰੂ ਕਰ ਦਿੰਦੇ ਆ ਕਾਂਗਰਸ ਨਾਲ ਵੀ ਇੱਦਾਂ ਹੀ ਹੋ ਕੇ ਹਟਿਆ ਤਾਂ ਉਹ ਜਿਹੜਾ ਹੈਗਾ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਝਾਰਖੰਡ ਦਾ ਇਲੈਕਸ਼ਨ ਜਿਹੜਾ ਹੈਗਾ ਉਹ ਪ੍ਰੋਸੈਸ ਦੇ ਵਿੱਚ ਹੈ ਉਹਦੇ ਵਿੱਚ ਅੱਗੇ ਕਰਨਾਟਕ ਦਾ ਝਟਕਾ ਲੱਗ ਗਿਆ ਕਾਂਗਰਸ ਹਾਂਜੀ ਕਰਨਾਟਕ ਦਾ ਲੱਗ ਗਿਆ ਝਟਕਾ ਕਾਂਗਰਸ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਉਹ ਦੇਖ ਕੇ ਪਤਾ ਲੱਗੇਗਾ ਕਿ ਆਉਣ ਵਾਲੀ ਸਥਿਤੀ ਕਿਵੇਂ ਪੈਦਾ ਹੁੰਦੀ ਹੈ ਲੇਕਿਨ ਮੈਂ ਦੋ ਚੀਜ਼ਾਂ ਨਾ ਇਹਦੇ ਵਿੱਚ ਐਡ ਕਰਨਾ ਚਾਹੁੰਦਾ ਜਿਹੜੀ ਆਪਣੀ ਡਿਬੇਟ ਚੱਲ ਰਹੀ ਹੈ ਇੱਕ ਤਾਂ ਹੈਗਾ ਕਿ ਆਰਟੀਕਲ 370 ਅਗਰ ਤੁਸੀਂ ਖਤਮ ਕਰ ਸਕਦੇ ਹੋ ਤਾਂ 371 ਕਿਉਂ ਨਹੀਂ ਉਹਦੇ ਉੱਪਰ ਕਿਉਂ ਆਪਾਂ ਬੋਲਣਾ ਨਹੀਂ ਚਾਹੁੰਦੇ ਆਰਟੀਕਲ 371 ਦੇ ਵਿੱਚ ਜਿਹੜੀਆਂ ਸਪੈਸ਼ਲ ਸੁਵਿਧਾਵਾਂ ਦਿੱਤੀਆਂ ਗਈਆਂ ਨੌਰਥ ਈਸਟ ਸਟੇਟਸ ਨੂੰ ਉਹਨਾਂ ਨੂੰ ਕਿਉਂ ਨਹੀਂ ਆਪਾਂ ਟੱਚ ਕਰਨਾ ਚਾਹੁੰਦੇ ਨੰਬਰ 1 ਦੂਸਰੀ ਗੱਲ ਇਹ ਹੈਗੀ ਹੈ ਕਿ ਜਿਹੜੇ ਸਟੇਟ ਜਿੰਨੇ ਵੀ ਸਟੇਟਸ ਹੈਗੇ ਉਹਨਾਂ ਵਿੱਚੋਂ ਕੁਛ ਨੂੰ ਬਾਹਰ ਕਿਉਂ ਰੱਖਿਆ ਜਾ ਰਿਹਾ ਸੀਗਾ ਰੱਖਿਆ ਜਾ ਰਿਹਾ ਇਹਦੇ ਵਿੱਚੋਂ ਕੈਬ ਦੇ ਵਿੱਚੋਂ ਸਿਟੀਜ਼ਨ ਅਮੈਂਡਮੈਂਟ ਬਿੱਲ ਦੇ ਵਿੱਚੋਂ ਜਿਵੇਂ ਪਹਿਲਾਂ ਦੱਸਿਆ ਅਰੁਣਾਚਲ ਵਗੈਰਾ ਤੀਸਰੀ ਚੀਜ਼ ਹੈਗੀ ਹੈ ਕੁਛ ਸਟੇਟ ਐਸੇ ਹੈਗੇ ਹੈ ਜਿਨ੍ਹਾਂ ਨੂੰ ਇਹਦੇ ਵਿੱਚੋਂ ਬਾਹਰ ਹੀ ਰੱਖਿਆ ਜਾਂਦਾ ਬਲਕਿ ਖਿਚੜੀ ਪਕਾਈ ਜਾ ਰਹੀ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਛੋਟੀ ਜੀ ਨੌਰਥ ਈਸਟ ਦੇ ਵਿੱਚ ਕੈਬ ਨੂੰ ਜਾਂ NRC ਦੀ ਵਿਰੋਧਤਾ ਕਿਉਂ ਹੋ ਰਹੀ ਹੈ ਉਹਦੀ ਵਿਰੋਧਤਾ ਇਸ ਕਰਕੇ ਹੋ ਰਹੀ ਹੈ ਉਹ ਕਹਿੰਦੇ ਵੀ ਜਿਹੜੇ ਬਾਹਰੋਂ ਬੰਦੇ ਆਏ ਹੈ ਚਾਹੇ ਉਹ ਮੁਸਲਮਾਨ ਹੈ ਚਾਹੇ ਹਿੰਦੂ ਹੈ ਜੋ ਵੀ ਹੈ ਇਹਦਾ ਮਤਲਬ ਹੈ ਹਿੰਦੂ ਜਿਹੜਾ ਹੈਗਾ ਉਹ ਤਾਂ ਸਾਡਾ ਨਾਗਰਿਕ ਬਣ ਜੂਗਾ ਇਹਦਾ ਮਤਲਬ ਇਹ ਹੈਗਾ ਜਿੱਥੇ ਅਸੀਂ ਮੈਜੋਰਿਟੀ ਦੇ ਵਿੱਚ ਹਾਂ ਕੱਲ੍ਹ ਨੂੰ ਮਾਈਨੋਰਟੀ ਦੇ ਵਿੱਚ ਰਹਿ ਜਾਂਗੇ ਉਹ ਹਿੰਦੂ ਵੀ ਤਾਂ ਇੱਕ ਲਾਰਜ ਨੰਬਰ ਦੇ ਵਿੱਚ ਹੈ ਨਾ 40-50 ਲੱਖ ਜਿਹੜਾ ਹੈਗਾ ਬੰਦਾ ਉਹਦੇ ਵਿੱਚ ਆ ਗਿਆ ਸੀਗਾ ਉਹ ਉਸ ਭਾਈਚਾਰੇ ਨੂੰ ਹਿੰਦੂ ਭਾਈਚਾਰੇ ਨੂੰ ਐਡਜਸਟ ਕਰਨ ਲਈ ਸਾਰੀ ਮੈਂ ਕਿਹਾ ਜੀ ਅਗਰ ਐਡਜਸਟ ਤਾਂ ਲੋਕਲ ਜਿਹੜੇ ਹੈਗੇ ਆ ਲੋਕਲ ਜਿਹੜੀਆਂ ਟ੍ਰਾਈਬਲ ਕਮਿਊਨਿਟੀਜ਼ ਆ ਜਾਂ ਦੂਸਰੇ ਆ ਉਹਦੀ ਵਿਰੋਧ ਤਾਂ ਇਸੇ ਕਰ ਦੋ ਚੀਫ ਮਿਨਿਸਟਰ ਤੁਹਾਨੂੰ ਦੱਸਾਂ ਇਹ ਗੱਲ ਕਹਿ ਚੁੱਕੇ ਆ ਔਨ ਰਿਕਾਰਡ ਕਿ ਅਗਰ ਕੈਬ BJP ਲਿਆਉਂਦੀ ਆ ਤਾਂ ਅਸੀਂ NDA ਵੀ ਛੱਡ ਦਾਂਗੇ CM ਤੋਂ ਵੀ ਅਸਤੀਫਾ ਦੇ ਦਾਂਗੇ ਇਨਕਲੂਡਿੰਗ ਅਸਾਮ CM ਜਿਹੜਾ ਹੈਗਾ ਉਹ ਕਹਿ ਚੁੱਕਿਆ ਕਿ ਅਸੀਂ ਇਹਨੂੰ ਛੱਡ ਦਿਆਂਗੇ ਇਹਦਾ ਮਤਲਬ ਇਹ ਹੈਗਾ ਕਿ ਉਹਨਾਂ ਨੂੰ ਪਤਾ ਹੈ ਕਿ ਅਗਰ ਇਹ ਬਿੱਲ ਪਾਸ ਹੋ ਜਾਂਦਾ ਉਹਦੇ ਨਾਲ ਅਸੀਂ ਘਰ ਬੈਠੇ ਬੈਠੇ ਮਾਈਨੋਰਟੀ ਦੇ ਵਿੱਚ ਆ ਜਾਣਗੇ ਕਿਉਂਕਿ ਉਹਨਾਂ ਨੂੰ ਸਿਟੀਜ਼ਨਸ਼ਿਪ ਮਿਲ ਜਾਏਗੀ ਜਿਹੜੇ ਬੰਦੇ ਬਾਹਰੋਂ ਆਏ ਚਾਹੇ ਹਿੰਦੂ ਹੈ ਚਾਹੇ ਹਿੰਦੂ ਹੀ ਹੈ ਮੈਂ ਆਪਾਂ ਇਹ ਮੰਨ ਲਈਏ ਅਗਰ ਉਹਨਾਂ ਨੂੰ ਵੀ ਸਿਟੀਜ਼ਨਸ਼ਿਪ ਮਿਲ ਜਾਂਦੀ ਹੈ ਤਾਂ ਉਹਦੇ ਨਾਲ ਹੈਗਾ ਕਿ ਉਹਨਾਂ ਦਾ ਵੋਟਿੰਗ ਜਿਹੜੀ ਹੈਗੀ ਹੈ ਪਾਵਰ ਬਹੁਤ ਵੱਧ ਜਾਏਗੀ ਉਹਦੇ ਨਾਲ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਇਹਦਾ ਮਤਲਬ ਇਸ ਸਵਾਲ ਦਾ ਜਵਾਬ ਇਹ ਮੰਨਿਆ ਜਾਵੇ ਕਿ ਇਹ ਸਾਰੀ ਕਵਾਇਦ ਹਿੰਦੂ ਰਾਸ਼ਟਰ ਦੇ ਏਜੰਡੇ ਨੂੰ
कि बीजेपी का एक सैट एजेंडा है और बीजेपी का एजेंडा जोड़ा हैगा वो आर एस एस तय करती है और आर एस एस जी हैगी है जी मदर बीजेपी की मदर ऑर्गेनाइजेशन है जिदे कार्यकर्ता जोड़े है आर एस एस की बीजेपी की मैनिंग करते हैं हर जगह फैलते हैं उन्होंने वास्ते काम करते हैं आर एस एस के एजेंडे के जोड़ा हिंदू राष्ट्र है वो इंटरप्रिटेशन कुछ भी लै लो एक्चुअल जोड़ा है उसके बारे और दूसरा हिंदू वोट नू कंसोलीडेट करन दे विच एक होर कदम है। इन्होंने एक सवाल किया भुल्लर साहब ने, मैं वापस इन्हों को भी आऊँगा जी, भी कम्यूनिस्ट है जोड़े वो भारत के झंडे नहीं मानते, तुम आर एस एस का जिक्र कर लिया, आर एस एस झंडे मानती नहीं? आर एस एस ने भी एक लंबे समय तक अपने हेडक्वार्टर से जोड़ा है तिरंगा नहीं फैलाया। भुल्लर साहब किस सवाल का जवाब देना चाहोगे तुम? एक तो आर एस एस वाला सवाल का जवाब देना चाहोगे कि आर एस एस नीति तय कर रही है कि हिंदू राष्ट्र वाल भारत वाधा पिया है, ज जिहड़ा सवाल मोहम्मद खालिद राणे ने चुकया है कि जिहड़े उधरले लोग है असम वाले ज होर जिहड़े उधर पूर्वोत्तर सूबियां वाले है वो इस करके तुहाडे तों खौफजदा है कि तुसीं आपदा जिहड़ा हिंदू राष्ट्र वाला एजेंडा उन्होंने थोप रहे हो तो उन्होंने मिनोरिटी में लियाउण दी कोशिश विच। नहीं, आपां सिर्फ अज की गल क्यों कर रहे हैं खालिद साहब की, मैं इस गल ते हैरान हो रहा सीगा, ये उदों की गल क्यों नहीं करते जो महाराष्ट्र के भी उत्तर पूर्व वाले का मसला उठा सीगा, जो साउथ च मसला उठता है, जो दिल्ली च मसला उठता है, ये कोई अज नवा मसला तो नहीं उठना शुरू होया? शकल ले लैंदा राज सभा च पास हो जाता है, हालांकि आंकड़े तुहाडे कोल इस वक्त नहीं है, जो स्थिति दसदी है पता नहीं उदू बाद तुसीं की करना है मैनू नहीं पता है, पर जे बिल कानून बन जाता कानून की शकल ले लैंदा उस तो बाद भारत के नागरिकों नूं जिहड़े तुसीं नागरिक मानते हो उन्होंने नवा की मिलेगा? देखो एक तो सब तो वड्डी गल है कि एक आइडेंटिफिकेशन जी है सब की हो जाएगी, पता लग जाएगा कि हाँ जी इतने किन्ने लोग जो आज यानी कि मेरी आइडेंटिफिकेशन या आइडेंटिफिकेशन भारतीय नहीं है? बिल्कुल हैगी है, नहीं देखो मेरी गल सुनो, तुम बार बार उस चीज़ से आते हो, मैं तुम्हें एक नहीं हज़ार एग्जाम्पल दे दिंदा बाकी कंट्रीज़ दी जिते प्रॉपर जिहड़ा है डीएनए तक रखे हुए हैं आइडेंटिफाई करके, अपन उत्थे जो चले जाते हैं उत्थे सिटीजनशिप लेंदे हैं इमीग्रेशन लेंदे हैं असीं उत्थे सानूं कोई तकलीफ नहीं होंदी, अगर अपने हिंदुस्तान दे विच अगर उस चीज़ नूं आइडेंटिफाई करना चाहते हैं जिहड़ा टैररिज्म दे उत्ते बिल्कुल जिहनूं कहिंदे वी हमेशा ही छां हेठ रहिंदा है जिथे अलग अलग थावां तों जिहड़ियां कम्युनिटीज़ आ के इत्थे रहि रहियां ने बॉर्डर क्रॉस करके जिहड़ा हैगा इत्थे आए हुए ने, एक आम आदमी जिहड़ा अगर कोई बाहरों आउंदा है इत्थे छे महीने तों वध रह नहीं सकदा, छे महीने बाद एक्सटेंड कराउणा पैंदा है, और लोग आ के इत्थे बॉर्डर क्रॉस करके अगर रह रहे ने अगर उन्होंने असीं आइडेंटिफाई करना चाहुंदे तां प्रॉब्लम की है? ठीक है, डट कर जिहड़ा तर्क मिस्टर भुल्लर ने दिता यही तर्क केंद्रीय गृह मंत्री ने पार्लीमेंट में भी दिता कि बाकी मुल्कों में सब कुछ होया तुहानू क्यों इत्थे विरोधियों नूं इतराज़ हैगा, सवाल यह हैगा नाल दूजा बंगलादेश अफगानिस्तान ते पाकिस्तान उन्होंने इस मुद्दे ते कोई सवाल करन दा हक है ज नहीं? देखो जिथों तक सवाल है वो बाहरले मुल्कां नूं उन्होंने कोई राइट नहीं वो साडे अंदरली पालसी दे उत्ते कोई सवाल करना, अंदरली पालसी दे सवाल दे उत्ते ए क्योंकि इन्होंने तो आपदी पार्टी दी गल करनी है, अंदरली पालसी दे उत्ते आपां पहली गल इह है भी जद संविधान दी तुसीं बेसिक स्ट्रक्चर ये कह रहे ने कि जी असीं विदेशी नूं तय करांगे फलाना करांगे, डेमोग्राफी चेंज कर रहे ने इन्होंने जम्मू कश्मीर दे विच डेमोग्राफी चेंज करन दी कोशिश करी है, उत्तों बंदे बाहर कढे उदू बाद 370 तोड़िया, ये पंजाब की भी डेमोग्राफी बहुत काफ़ी हद तक चेंज हुई हुई है गिन के देख लियो, ये डेमोग्राफी मैं आ रहा एक मिनट थोड़ा पॉइंट किया हाँ मैं थोड़ा जहा समझा दो मैं थोड़ा जहा यह साढ़े सामने असी गए भी इतने बड़ा अत्तवाद फैल सकता जे आप इतने जॉब जूब की कोई प्रबंध नहीं करते तो एक बहुत व्डा जो नोन है भी हिंदू कम्यूनलिस्ट एटीट्यूड अखबार चलता है बड़ा व्डा समूह उन्हें आख्या कहने हूँ ना डरो इस गल की कोई डर नहीं हूँ तो सारी डेमोग्राफी चेंज हो गई हूँ तो भइए बहुत ज़्यादा आ गए ये वर्ड उन्होंने यूज करे ने हालांकि ये लफ्ज मैं नहीं वरतन तैयार ये मैं उन्होंने गलत हाँ मैं ये वरतदा नहीं शब्द तो इस करके ज्यादा जेड़ा डेमोग्राफी चेंज करना आसाम का भी आसाम ने 1981 चासू ने जब एजुटेशन उन्होंने आख्या इफ यू सी ए कोबरा एंड एन इंडियन यू किल द इंडियन फस्ट दैन द कोबरा दे डोंट कंसिडर के असी इंडियन हाँ पर इन्होंने उदों सांझ पाई हुई है जिम्मे इतने कश्मीर च भी पाई हुई थी सो यह कहन दिया गलों ने असी सेपरेटिस्टा कढ़ दें अं फला अज की लोड़ की है इन्हों का कितने कितने खड़ा एजेंडा मैं जी गल कहना वो एजेंडा इस गलते खड़ा है कि तुम जी इकनोमिक प्रॉब्लम है उन्होंने हल नहीं कर सकते आपदे जोड़े पुराने दकियन उसी ख्याल ने उन्होंने लोगों से थोपना चाहते वह मतलब यही है कि तुम अपनी साइंस न अपनी टेक्नोलॉजी अपने बुद्धिजीवियों पिछले ला जाओ वर्ल्ड बैंक के थले ला दो ताकि जेडे थर्ड वर्ल्ड कंट्रीज़ के साढ़े को आते हैं
अपनी पढ़ाई कर इलाज करा कोई टेक्नोलॉजी लैन वो दूजे देश बेच सकन साडे वाला देश पंगू बन जाए इस पासे वालों बढ़ेगी और लास्ट गल कह हाँ हाँ मैं एक लाइन होर कह पी आई ओ ते ओ सी आई ओवरसीज इंडियन वो ने जो इंडिया के शहरी ने बाहर रह रहे हैं पी आई ओ ने जो इंडिया के शहरी है नहीं वो बाहर ने पर ओरिजिन इंडिया चा किसी लैवल से उन्होंने तो असं इकट्ठे कर रहे हैं विको बना दो उन्होंने पैसे भी घट रहे हैं क्योंकि पी आई ओ ज़्यादा फीस देनी पैंती है वो शर्त होर ने असं इकट्ठे कर रहे हैं ये सीधा हैगा कॉमनर का दूजा जो मैं लास्ट सवाल कह कहें जी असं एन आर सी की जिमें क्योंकि बिच गल आ गई जे मैनू कोई एन आर सी के राही देखना चाहे मैं सच्ची मुची शायद मैं नहीं पता की आऊ वो क्योंकि ना तो मेरे कोई जमीन है ना मेरे कोई बर्थ सर्टिफिकेट है जोड़ा भी मैं इतने जमया सी मैं तो सबूत ही नहीं दे सकता मैं तो इतने पढ़िया पढ़िया इतने तो मैं पता लगे जो डी जी पी लगे रहे हैं उन्होंने भी इन्होंने कहता तुम है नहीं असी कि सबूत देंगे भी मैं हिंदुस्तानी हाँ जी ये सबूत ही नहीं जितों तक सवाल है कहते हैं डी एन ए की फिर तो डी एन ए तो मुसलमानों का भी है डी एन ए का सवाल जो करते हैं डी एन ए टैसट करना कोई क्रिमिनोलॉजी वास्ते डी एन ए तो टैसट कर तैयार नहीं है ये बंदे शहरी नागरिक बनाने वास्ते तैयार ने सो मेरी जोड़ा व्डा इतराज है वह है कि देश आजाद होया इतों के लोगों ने कराया उदो किसी सरकार ने नहीं कराया देश आजाद होया लोगों ने कराया जिदे लोगों जिमें डिवाइड कर रहे हैं लोग डिवाइडर रहेंगे तो देश की प्रभुसत्ता देश की एकता देश की जिहड़ी एकता कहिंदे ने वो सारी की सारी खतरे च पै जाएगी फिर कोई भी कब्जा कर लेगा कांग्रेस को कही जान कांग्रेस केड़े घट है कांग्रेस वाले भी तो हुण वड्डा तिल कराउण लगे चलो एक एक छोटा मैं ब्रेक लैना एक छोटा ब्रेक लैना ब्रेक तो वापस आऊंगा वापस आके सवाल ये जरूर होणगे कि असी की हासिल कर जा रहे नागरिकता सोध बिल के जरिए जे ये कानून बनता हैगा उस तो बाद किहड़े बदलाव आ जाएंगे साडे विचाले पर सब तो अहम सवाल यह हैगा कि जिहड़े साडे होर जिहड़े मुद्दे है कि उन्हां मुद्दियां नूं इन्हों मुद्दों के थले छुपाया तो नहीं जा रहा है उन्होंने मुद्दों का जिक्र वार बार होना चाहिए कि देश का इकनोमी मॉडल बदल जाएगा इस इन्होंने सोध बिल के नाल कि जी एन आर सी लागू होने की देश का इकनोमी मॉडल बदल जाएगा देश के नौजवानों रुजगार मिल जाएगा जी भुखमरी दूर हो जाएगी गरीबी का जो इंडक्स हैगा उनके असं उपर चल जाएंगे करप्शन खत्म हो जाएगी ये सारे सवाल तो साढ़े है इन सवालों के नाल सवाल यह भी है कि मूलभूत सुविधावान जड़िया बुनियादी जरूरत साड़िया है कि वह पूरी हो जाएगियाँ इतने बह के ना सोचो कि सजे सवरे तो सारे बैठे हो इस करके सब कुछ चंगा चंगा लगता है उन्होंने इलाकों में भी जाओ जिते दो वक्ति रोटी नसीब नहीं होंगी जिते उन्होंने बुनियादी सहूलत नहीं मिली है कि उन्होंने ये सब कुछ मिल जाएगा सवाल तो उस भारत का है जिहड़ा पिंडा वाला भारत जिहड़ा वसदा है जिंदी गल स्टूडियो की डिबेट विचो अक्सर आउट हो जाती है ब्रेक तो वापस आ रहे आखिरी हिस्से में असी इस डिबेट से तो सवाल एक पूछे नागरिकता सोध बिल जरिए सियासी एजेंडे के इल्जाम क्यों आ रहा कमलजीत हाँ बोलो साहब की कहना चाह रहे देखो जी बार बार गल की जा रही डेमोग्राफी करनी है जे एंड के 89 दे विच की चेंज नहीं हुई और हिंदुस्तान की 1947 चेंज नहीं हुई जो वंड दिता गया किस आधार पर वंडिया गया उस टाइम एवं सरकार अगर कुछ कर जा रही है मैं लगता है कि थोड़ा जहाँ ठरमे नाल देखो वाचो उस तो बाद कमेंटबाजी करो और इन्ना कुछ पहला हो चुका है वो कोई लिमिट नहीं है और जे इस तरीके अगर मैं कहना कि मुख्यमंत्री वैसट बंगाल ज कोई होर अगर इस चीज़ को कहता है कंडेम करता है तो क्यों कर रहे हैं इस चीज़ को हर कोई चाहता है कि जी लोग इनलीगल रह रहे हैं आइडेंटिफाई होने चाहिए है और क्यों नहीं होने चाहिए वह जवाब देने कोई तैयार नहीं है सिर्फ और सिर्फ अपनी आइडेंटिटी तुम अपनी आइडेंटिटी जे लोग इतने ऑलरेडी रह रहे हैं चाहे वह मुसलमान ने चाहे सिख ने चाहे ईसाई ने चाहे चाइनीज ने चाहे बुद्धिस्ट ने भुल्लर साहब भुल्लर साहब सवाल यह है देश मंदी के दौर में गुजर रहा ठीक है नौकरियां इतों जा रही इंडस्ट्री इतों खत्म हो रही है देश की जवानी भुखी मरती पी है उन्होंने रुजगार नहीं है इन्हां चीज़ां ते करोड़ां अरबां रुपए खर्च होने हैं एन आर सी ते भी असी इन्ने पैसे लाए है कि उहदा हासिल की है क्या जिहड़ी इह गल कह रहे आ खालिद साहब इह भी एक उहो जी एक्सरसाइज होगी सवाल यह हैगा वह सारा पैसा असी उहनां लोकां लई क्यों नहीं वरते जिथे बुनियादी सहूलतां चाहीदियां जिन्हां नूं रोटी चाहिए है उहनां लई क्यों नहीं वरतदे तुसीं देखो सब कुछ नाल नाल चल रहा है असी दोनों चीज़ों नूं नाल पैरल लैके नहीं चल सकते भी एक चीज़ तुसीं कोई नहीं यही होनी चाहिए है देश दे हितां दी गल भी होनी चाहिए यानी कि पहल सुरक्षा तुहाडी ना सुरक्षा दा सुरक्षा दा बिल्कुल पहल हैगी की डाउट की है कमलजीत ठीक है तुसीं जिहड़ी दूजी गल मेरे पूछ पाउणा चाहुंदे हो बार पैरल जिहड़ा
ਹੈਗਾ ਲੋਕਾਂ ਦੀ ਭਲਾਈ ਵਾਸਤੇ ਵੀ ਕੰਮ ਕੀਤੇ ਜਾ ਰਹੇ ਨੇ। ਜਿਹੜਾ ਕਿਹਾ ਜਾ ਰਿਹਾ ਕਿ ਸਭ ਕੁਝ ਬੰਦ ਹੋ ਜਾਣਾ ਪਿੱਛੇ ਲੈ ਕੇ ਜਾ ਰਹੇ ਆ, ਏਮਸ ਵੀ ਖੋਲ ਰਹੇ ਆ, ਇੰਡਸਟਰੀ ਵੀ ਲੱਗ ਰਹੀ ਹੈ, ਲੋਕਾਂ ਦਾ ਜਿਹੜਾ ਕਿਸਾਨੀ ਦਾ ਹੈਗਾ ਕਿਸਾਨੀ ਦੇ ਉੱਤੇ ਵੀ ਫਿਕਰਮੰਦ ਆ, ਅਸੀਂ ਜਿਹੜਾ ਡਰੱਗਸ ਉੱਤੇ ਗੱਲ ਆਉਂਦੀ ਹੈ ਡਰੱਗਸ ਉੱਤੇ ਵੀ ਫਿਕਰਮੰਦ। ਕਮਲਜੀਤ ਦੇਖੋ ਜੀ, ਮੈਂ ਇਹਦੇ 'ਤੇ ਇੱਕ ਗੱਲ ਜਿਹੜੀ ਜੋੜਨਾ ਚਾਹੁੰਦਾ ਕਿ ਇਹ ਜਿਹੜਾ ਪੂਰਾ ਮਾਮਲਾ ਏਜੰਡਾ ਜਿਸ ਕਿਸਮ ਨਾਲ ਛੇੜ ਦਿੱਤਾ ਗਿਆ, ਇਹਦੇ ਬੜੇ ਡੇਂਜਰਸ ਇਫੈਕਟਸ ਨੇ। ਜਿੰਨੇ ਜਦੋਂ ਤੁਸੀਂ ਮਾਈਗਰੈਂਟਸ ਦੇ ਬਾਰੇ ਜਦੋਂ ਇਹ ਗੱਲਾਂ ਵਾਰ ਵਾਰ ਹੁੰਦੀਆਂ ਨੇ ਸਾਡੇ ਮੀਡੀਆ ਦੇ ਵਿੱਚ, ਅਤੇ ਜੋ ਭਾਜਪਾ ਦੇ ਨੁਮਾਇੰਦੇ ਹਰ ਜਗ੍ਹਾ ਕਰ ਰਹੇ ਨੇ ਅੱਜ ਕਿ ਦੇਸ਼ ਦੇ ਅੰਦਰ ਕੁਝ ਐਸੇ ਇਲੀਗਲ ਲੋਕ ਰਹਿ ਰਹੇ ਨੇ ਜਿਨ੍ਹਾਂ ਤੋਂ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੈ, ਜਿਹੜੇ ਦੇਸ਼ ਦੇ ਉੱਤੇ ਭਾਰ ਬਣ ਗਏ ਨੇ, ਉਹ ਪਾਪੂਲੇਸ਼ਨ ਜਿਹੜੀ ਹੈ ਸਾਰੀ ਦੀ ਸਾਰੀ ਜਿਹੜੀ ਹੈ ਪਾਪੂਲੇਸ਼ਨ ਨੂੰ ਇਹ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਤੁਹਾਡੀ ਸਮੱਸਿਆਵਾਂ ਦੀ ਜੜ੍ਹ ਇਹ ਇੱਕ ਹਿੱਸਾ ਹੈ ਦੇਸ਼ ਦੇ ਵਿੱਚ। ਜਦੋਂ ਤੁਸੀਂ ਇਹ ਗੱਲਾਂ ਇੱਥੇ ਬੈਠ ਕੇ ਕਰਦੇ ਹੋ, ਇਹ ਦੱਸਣ ਦੀ ਕੋਸ਼ਿਸ਼ ਹੈ ਵੀ ਜਿਹੜੇ ਕਰੋੜਾਂ ਲੋਕ ਇੱਥੇ ਰਹਿੰਦੇ ਪਏ ਆ ਉਹਨਾਂ ਨੂੰ ਜੇ ਕੁਝ ਨਹੀਂ ਮਿਲ ਰਿਹਾ ਤਾਂ ਜਿਹੜੇ ਇਲੀਗਲ ਲੋਕ ਰਹਿ ਰਹੇ ਆ ਉਹਨਾਂ ਕਰਕੇ ਨਹੀਂ ਮਿਲ ਰਿਹਾ। ਬਿਲਕੁਲ ਬਿਲਕੁਲ, ਇਹ ਆਪਦੀਆਂ ਸਾਰੀਆਂ ਸਮੱਸਿਆਵਾਂ ਦਾ ਓਨਸ ਜਿਹੜਾ ਹੈਗਾ ਇੱਕ ਤਾਂ ਉਹ ਸ਼ਿਫਟ ਕੀਤਾ ਜਾ ਰਿਹਾ, ਦੂਜਾ ਇਹਦੇ ਨਾਲ ਜਿਹੜੇ ਸਾਡੇ ਭਾਰਤੀ ਲੋਕ, ਜਿਵੇਂ ਇਹਨਾਂ ਨੇ ਬੜਾ ਜ਼ਿਕਰ ਕੀਤਾ ਬੜਾ ਸ਼ੁਰੂ ਦੇ ਵਿੱਚ ਕਿ ਜਦੋਂ ਜਹਾਜ਼ ਭਰ ਕੇ ਡੀਪੋਰਟ ਹੋ ਕੇ ਇੱਥੇ ਆਉਂਦੇ ਨੇ ਉਦੋਂ ਕੋਈ ਨਹੀਂ ਬੋਲਦਾ, ਮੈਂ ਕਹਿ ਰਿਹਾ ਕਿ ਉਹਨਾਂ ਨੂੰ ਵੀ ਹੋਰ ਵੱਡੇ ਖਤਰੇ ਖੜੇ ਕੀਤੇ ਜਾ ਰਹੇ ਨੇ। ਜਦੋਂ ਅਸੀਂ ਇੱਥੇ ਬੈਠ ਕੇ ਇਮੀਗ੍ਰੈਂਟਸ ਦੇ ਬਾਰੇ ਬਾਹਰੋਂ ਆ ਕੇ ਹਿੰਦੁਸਤਾਨ ਦੇ ਵਿੱਚ ਲੋਕ ਜਿਹੜੇ ਨੇ ਉਹਨਾਂ ਦੇ ਉੱਤੇ ਡਾਊਟ ਕ੍ਰੀਏਟ ਕਰਦੇ ਆ, ਤੇ ਜਿਹੜੇ ਸਾਡੇ ਬਾਹਰ ਜਾ ਕੇ ਰਹਿ ਰਹੇ ਨੇ ਵੱਡੀ ਗਿਣਤੀ ਵਿੱਚ, ਖਾਸ ਕਰਕੇ ਅਸੀਂ ਪੰਜਾਬ 'ਚ ਬੈਠ ਕੇ ਇਹਦੇ ਵਿੱਚ ਸਵਾਲ ਇਹਨਾਂ ਨੇ ਆਪਦੀ ਸਰਕਾਰ 'ਤੇ ਵੀ ਚੁੱਕਿਆ, ਪਿਛਲੀਆਂ ਸਰਕਾਰਾਂ 'ਤੇ ਚੁੱਕਿਆ, ਇਹਦਾ ਮਤਲਬ ਇੱਥੋਂ ਇਲੀਗਲ ਗਏ। ਸਾਡੇ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਹਰ ਸਾਲ ਜਿਹੜੇ ਨੇ ਉਹ ਵਿਦੇਸ਼ਾਂ ਦੇ ਵਿੱਚ ਜਾਣ ਦੀ ਮਜਬੂਰ ਹੁੰਦੇ ਨੇ। ਮੈਂ ਇਹ ਨਹੀਂ ਕਹਿ ਰਿਹਾ ਵੀ ਉਹ ਕੋਈ ਬਹੁਤ ਖੁਸ਼ੀ ਹੋ ਕੇ ਇੱਥੋਂ ਜਾਂਦੇ ਨੇ, ਉਹ ਬਹੁਤ ਜਾਨ ਦਾ ਰਿਸਕ ਲੈ ਕੇ ਇੱਥੋਂ ਜਾਂਦੇ ਨੇ, ਤੇ ਉਹਨਾਂ ਦੇ ਨਾਲ ਉਹਨਾਂ ਮੁਲਕਾਂ ਦੇ ਵਿੱਚ ਜਦੋਂ ਆਹ ਹੁਣ ਸਾਰੀ ਕੈਨੇਡਾ ਦੀ ਪੂਰੀ ਕੰਪੇਨ ਜਿਹੜੀ ਹੈਗੀ ਹੈ ਉਹ ਪੂਰੀ ਪੋਲੀਟੀਕਲ ਕੰਪੇਨ ਪੰਜਾਬੀ ਚਲਾਉਂਦੇ ਨੇ ਇੱਥੇ ਬੈਠ ਕੇ, ਕਾਹਦੇ ਵਾਸਤੇ? ਕਿਉਂਕਿ ਉਹਨਾਂ ਨੂੰ ਲੱਗਦਾ ਕਿ ਉਹਦੇ ਨਾਲ ਸਾਡੀ ਉੱਥੇ ਜਿਹੜੀ ਹੈਗੀ ਆ ਉਹ ਸੇਫਟੀ ਇੱਕ ਬਣੇਗੀ, ਸਾਡੀ ਉੱਥੇ ਇੱਕ ਰਿਸਪੈਕਟ ਕ੍ਰੀਏਟ ਹੋਏਗੀ। ਇੱਥੇ ਪੋਲੀਟੀਕਲ ਪਾਰਟੀਆਂ ਦੇ ਫਾਈਨਾਂਸਸ ਪੰਜਾਬੀ ਚਲਾ ਰਹੇ ਨੇ ਬਾਹਰ, ਤਾਂ ਜਦੋਂ ਮਾਈਗ੍ਰੈਂਟਸ ਬਾਰੇ ਇਸ ਕਿਸਮ ਦਾ ਮਾਹੌਲ ਹਿੰਦੁਸਤਾਨ 'ਚ ਪੈਦਾ ਕਰੋਗੇ ਤਾਂ ਜਿਹੜੇ ਹਿੰਦੁਸਤਾਨ ਤੋਂ ਮਾਈਗ੍ਰੈਂਟ ਗਏ ਹੋਏ ਨੇ ਪੂਰੀ ਦੁਨੀਆਂ ਦੇ ਵਿੱਚ ਸਾਡੇ ਲੋਕ ਰਹਿੰਦੇ ਨੇ, ਉਹਨਾਂ ਨੂੰ ਤੁਸੀਂ ਅਸੁਰੱਖਿਅਤ ਕਰ ਰਹੇ ਹੋ, ਸਾਡੇ ਪੰਜਾਬੀਆਂ ਨੂੰ ਤੁਸੀਂ ਪੂਰੀ ਦੁਨੀਆਂ ਦਾ ਟਾਰਗੇਟ ਬਣਾ ਦਿਓਗੇ ਇਹ ਸਭ ਕੁਝ ਕਰਕੇ। ਮੈਂ ਸੀਰੀਅਸਲੀ ਕਹਿ ਰਿਹਾ, ਬਹੁਤ ਮੇਜਰ ਮਾਮਲਾ। ਓਸੀਆਈ ਕਾਰਡ ਨੂੰ ਦੇ ਉੱਤੇ ਵੀ ਇਸ ਅਮੈਂਡਮੈਂਟ ਦੇ ਵਿੱਚ ਇੱਕ ਪਾਰਟ ਹੈ ਜਿਹੜਾ ਓਸੀਆਈ ਕਾਰਡ ਦਾ ਮਾਮਲਾ ਹੈ, ਓਵਰਸੀਜ਼ ਸਿਟੀਜ਼ਨ ਆਫ ਇੰਡੀਆ। ਇਹਨਾਂ ਨੇ ਕਿਹਾ ਜਿਹੜੇ ਬੰਦੇ ਨੇ ਕੁਝ ਵਿਸ਼ੇਸ਼ ਕਾਨੂੰਨ ਤੋੜੇ ਹੋਣਗੇ ਉਹਨਾਂ ਦੇ ਓਸੀਆਈ ਰਿਵੋਕ ਕਰਾਂਗੇ। ਹੁਣ ਇਹ ਓਸੀਆਈ ਰਿਵੋਕ ਹੋਣ ਦੀ ਗੱਲ ਹੋ ਰਹੀ ਹੈ, ਜਿਹਦਾ ਮਤਲਬ ਕੀ ਹੈ, ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਇੱਥੋਂ ਬਾਹਰ ਜਾ ਕੇ ਉਹਨਾਂ ਨੇ ਉੱਧਰ ਆਪਣੀਆਂ ਸਿਟੀਜ਼ਨਸ਼ਿਪਾਂ ਲਿੱਤੀਆਂ ਹੋਈਆਂ ਨੇ, ਉਹਨਾਂ ਨੇ 20-20 ਸਾਲ 30-30 ਸਾਲ ਉੱਥੇ ਲੇਬਰਾਂ ਕਰਕੇ ਸਿਟੀਜ਼ਨਸ਼ਿਪਾਂ ਲਿੱਤੀਆਂ ਹੋਈਆਂ, ਉਹਨਾਂ ਨੂੰ ਵਾਸਤੇ ਵੀ ਇੱਕ ਪੈਦਾ ਕੀਤਾ ਜਾ ਰਿਹਾ ਜਦੋਂ ਉੱਥੇ ਹੌਡੀ ਮੋਡੀ ਹੋਏਗਾ, ਜਿਹੜੇ ਲੋਕ ਉੱਥੇ ਬੈਨਰ ਲੈ ਕੇ ਖੜੇ ਹੋਣਗੇ ਕਿ ਵੀ ਡੋਂਟ ਵਾਂਟ ਮੋਦੀ, ਉਹਨਾਂ ਲੋਕਾਂ ਵਾਸਤੇ ਓਸੀਆਈ ਦਾ ਖਤਰਾ ਜਿਹੜਾ ਹੈਗਾ ਤਲਵਾਰ ਖੜੀ ਕੀਤੀ ਜਾ ਰਹੀ ਹੈ ਪੂਰਾ। ਮੈਂ ਕਹਿੰਦਾ ਕਿ ਜਿੰਨਾ ਬਾਹਰਲੀ ਸਾਡੀ ਕਮਿਊਨਿਟੀ ਹੈਗੀ ਉਹਨੂੰ ਬਹੁਤ ਜ਼ਿਆਦਾ ਚਿੰਤਿਤ ਹੋ ਜਾਣਾ ਚਾਹੀਦਾ, ਸਿਟੀਜ਼ਨਸ਼ਿਪ ਚੇਂਜ ਹੋ ਰਹੀ ਹੈ, ਉਹ ਵਿਦੇਸ਼ਾਂ 'ਚ ਬੈਠੇ ਨੇ ਵਾਪਸ ਆ ਸਕਣਗੇ ਕਿ ਨਹੀਂ ਆ ਸਕਣਗੇ, ਉਹਨਾਂ ਨੂੰ ਖਤਰਾ ਮਹਿਸੂਸ ਕਰਨਾ ਚਾਹੀਦਾ। ਸਮਝਦੇ ਨੇ ਉਹ ਅੱਜ ਦੀ ਡੇਟ ਦੇ ਵਿੱਚ ਚਿੰਤਿਤ ਨੇ ਕਿ ਹਿੰਦੁਸਤਾਨ ਦਾ ਅਚਾਨਕ ਜਿਹੜੀ ਝੂਠ ਦੀ ਰਾਜਨੀਤੀ ਕਰਕੇ ਕਾਮਰੇਡ ਜਿਹੜੇ ਨੇ ਜਿਹੜੀਆਂ ਯੂਨੀਅਨਸ ਨੇ ਉਹਨਾਂ ਨੂੰ ਗੁੰਮਰਾਹ ਕਰਦੇ ਨੇ ਕਾਮਰੇਡ। ਸਵਾਲ ਲੈ ਲਓ ਕਾਮਰੇਡ ਸ਼ਬਦ ਅਸੀਂ ਵਰਤ ਕੇ ਮੁੱਦਿਆਂ ਤੋਂ ਭਟਕੇ ਭਟਦੇ ਕਿਉਂ ਪਏ ਆ? ਜਿਹੜਾ ਸਵਾਲ ਨਹੀਂ, ਤੁਸੀਂ ਉਹਨੂੰ ਨਾਗਰਿਕ ਕਿਉਂ ਨਹੀਂ ਮੰਨਦੇ? ਤੁਸੀਂ ਸਾਨੂੰ ਭਗਵਾ ਕਹਿ ਸਕਦੇ ਹੋ, ਤੁਸੀਂ ਸਾਨੂੰ ਤੁਸੀਂ ਉਹਨੂੰ ਨਾਗਰਿਕ ਕਿਉਂ ਨਹੀਂ ਮੰਨਦੇ? ਤੁਸੀਂ ਉਹਨੂੰ ਨਾਗਰਿਕ ਕਿਉਂ ਨਹੀਂ ਮੰਨਦੇ? ਤੁਸੀਂ ਸਾਨੂੰ ਨਹੀਂ ਮੰਨਦੇ? ਆਪਾਂ ਨਾਗਰਿਕਤਾ ਦੀ ਗੱਲ, ਤੁਸੀਂ ਨਾ ਚਾਹਦੇ ਦੋ ਪਾਸੇ ਡਬਲ ਫੇਸ ਗੱਲ ਨਾ ਕਰੋ। ਡਿਬੇਟ ਕਾਮਰੇਡ, ਬਿਲਕੁਲ ਇੱਕ ਮਿੰਟ ਜੀ, ਬੋਲੋ ਡਬਲ ਫੇਸ ਗੱਲ ਨਾ ਕਰੋ। ਡਿਬੇਟ ਨਾਗਰਿਕਤਾ ਤੇ ਹੋ ਰਹੀ ਹੈ, ਇੱਕ ਮਿੰਟ ਸਾਹਿਬ, ਤੇ ਆਰਐਸਐਸ ਤੇ ਹੋ ਰਹੀ ਸੀ। ਕਿਉਂਕਿ ਕੋਈ ਬੁੱਧਾ ਚਾਹੀਦਾ ਕਾਂਗਰਸ ਨੂੰ ਆਪਣੀ ਇੱਕ ਹੋਂਦ ਕ੍ਰੀਏਟ ਕਰਨ ਦਾ। ਅੱਜ ਇਸ ਤਰੀਕੇ ਨਾਲ ਬੋਲਣਾ ਸ਼ੁਰੂ ਕੀਤਾ ਜੀ, ਉੱਥੇ ਜਿਹਨਾਂ ਨੂੰ ਖਤਰਾ ਹੋਜੂ, ਫਲਾਣਾ ਹੋਜੂ, ਇਹ ਭੁੱਲ ਰਹੇ ਨੇ ਕਿ ਅਸੀਂ ਤਾਂ ਉੱਥੇ ਲੱਖਾਂ ਲੋਕਾਂ ਦੀ ਸਿਟੀਜ਼ਨਸ਼ਿਪ ਵਾਸਤੇ ਰਸਤਾ ਖੋਲਿਆ ਕਿ ਉਹ ਲੋਕ ਹਿੰਦੁਸਤਾਨ ਜਦੋਂ ਮਰਜ਼ੀ ਆ ਸਕਦੇ ਆ, ਜਾ ਕੇ ਸਾਡੇ ਉੱਥੇ ਪਾਸਪੋਰਟ ਲੈ ਸਕਦੇ ਆ, ਜਿਹੜੇ ਇਲੀਗਲ ਰਹਿ ਰਹੇ ਨੇ ਉਹਨਾਂ ਵਾਸਤੇ ਰਸਤਾ ਖੋਲਿਆ ਗਿਆ, ਔਰ ਇੱਕ ਜਣੇ ਲਈ ਨਹੀਂ ਲੱਖਾਂ ਵਾਸਤੇ ਖੋਲਿਆ ਗਿਆ, ਲਗਭਗ 10 ਲੱਖ ਦੇ ਕਰੀਬ ਲੋਕ ਨੇ, ਔਰ ਇਹ ਉਹਨਾਂ ਦਾ ਰਸਤਾ ਬੰਦ ਕਰਨ ਦੀ ਗੱਲ ਕਰ ਰਹੇ ਨੇ। ਸਿੰਗਲ ਇੱਕ ਮਿੰਟ ਪੁੱਲਰ ਸਾਹਿਬ, ਤੁਹਾਡਾ ਆਰਗੂਮੈਂਟ ਆ ਗਿਆ ਨਾ ਪੁੱਲਰ ਸਾਹਿਬ, ਮੇਰੀ ਗੱਲ ਪੂਰੀ ਕਰ ਲੈਂਦੇ ਜੀ ਤੁਸੀਂ, ਠੀਕ ਹੈ ਨਾ? ਜਿਹੜੀ ਉਹਨਾਂ ਨੇ ਗੱਲ ਚੱਕੀ, ਜਿੱਥੇ ਦੀ ਇਹ ਗੱਲ ਕਰ ਰਹੇ ਆ, ਅੱਜ ਉੱਥੇ ਜਾ ਕੇ ਉਹਨਾਂ ਨੌਜਵਾਨਾਂ ਦਾ ਹਾਲ ਦੇਖੋ ਜਦੋਂ ਉਹਨਾਂ ਦੇ ਗਿੱਟੇ ਦੇ ਨਾਲ ਕਲਿੱਪ ਲਾ ਕੇ ਘੁੰਮ ਰਹੇ ਨੇ ਜਿਹੜੇ,
ਜਿਨ੍ਹਾਂ ਦੀ ਇੱਕ ਇੱਕ ਮਿੰਟ ਦੀ ਮੂਵਮੈਂਟ ਜਿਹੜੀ ਕਾਪੀ ਕੀਤੀ ਜਾਂਦੀ ਹੈ। ਕੱਲ ਨੂੰ ਇਹੋ ਜਿਹਾ ਕੰਮ ਇੱਥੇ ਕਰ ਲਿਆ ਤੁਸੀਂ ਲੋਕ ਤੇ ਮੈਂ ਸੂਲੀ ਤੇ ਚੜਾ ਦੋਗੇ ਸਰਕਾਰ ਸਾਹਿਬ। ਪਰ ਸਾਹਿਬ ਇਹਦੇ ਇਹਦੇ ਨਕਾਮੀ ਸਰਕਾਰਾਂ ਦੀ ਵੀ ਹੈਗੀ ਨਾ, ਜੇ ਸਾਡੀ ਜਵਾਨੀ ਉੱਥੇ ਗਿੱਟਿਆਂ ਦੇ ਕਲੰਪ ਲੱਗ ਹੁੰਦੀ ਪਈ ਹੈ। ਇੱਕ ਤਾਂ ਅਕਾਲੀ ਬੀਜੇਪੀ ਸਰਕਾਰ ਇੱਥੇ ਬਹੁਤ ਦੇ ਰਹੀ ਹੈ ਤੇ ਪੰਜਾਬੀ ਸਭ ਤੋਂ ਜ਼ਿਆਦਾ ਜਾ ਰਹੇ ਨੇ, ਕਦੀ ਭੋਰ ਨੇ ਨਹੀਂ ਲਵਾਏ ਹੋਏ ਨੇ, ਦੂਜੀਆਂ ਸਰਕਾਰਾਂ ਨੇ ਵੀ ਲਵਾਏ ਨੇ, ਸਾਰੀਆਂ ਸਰਕਾਰਾਂ ਦਾ ਇਹ ਰੋਲ ਹੈ, ਇੱਕ ਦੂਜੇ ਨਾਲ ਇਹ ਗੱਤਕਾ ਹੀ ਖੇਡਦੇ ਨੇ, ਇਹ ਕੋਈ ਐ ਨਹੀਂ ਹੈ। ਦੂਜੀ ਗੱਲ ਜਿਹੜੀ ਹੈ NRC ਨੂੰ ਤੇ ਇਹ ਅਮੈਂਡਮੈਂਟ ਬਿੱਲ ਦੋਹਾਂ ਨੂੰ ਕਨਫਿਊਜ਼ ਕਰਿਆ ਜਾ ਰਿਹਾ ਲੋਕਾਂ ਦੇ ਵਿੱਚ। NRC ਹੋਰ ਚੀਜ਼ ਹੈ, ਅਮੈਂਡਮੈਂਟ ਬਿੱਲ ਹੋਰ ਚੀਜ਼ ਹੈ। ਅਮੈਂਡਮੈਂਟ ਬਿੱਲ ਜਿਹੜੇ ਬਾਹਰੋਂ ਸ਼ਰਨਾਰਥੀ ਆਉਣਗੇ, ਜਿਵੇਂ ਮਰਜ਼ੀ ਆਏ ਬੰਦੇ, ਇੱਥੇ ਜਦ ਆ ਗਏ ਉਹ ਕਹਿੰਦੇ ਹਿੰਦੂ ਸਿੱਖ ਮੁਸਲਮਾਨ, ਹਿੰਦੂ ਸਿੱਖ ਪਾਰਸੀ ਈਸਾਈ ਜੈਨੀ ਬੋਧੀ, ਉਹ ਤਾਂ ਜਿੰਨੇ ਮਰਜ਼ੀ ਆ ਜਾਣ, ਉਹਨਾਂ ਨੂੰ ਅਸੀਂ ਆਪਦੇ ਸਿਟੀਜਨ ਬਣਾਵਾਂਗੇ, ਮੁਸਲਮਾਨਾਂ ਨੂੰ ਨਹੀਂ ਬਣਾਉਣਾ। ਗੱਲ ਤਾਂ ਆ ਹੈ ਵਿਰੋਧੀ, ਵਿਰੋਧੀ ਜਦੋਂ ਆਰਗੂਮੈਂਟ ਕਰਦੇ ਆ, ਵਿਰੋਧੀ ਵੀ ਇਹ ਗੱਲ ਕਹਿੰਦੇ ਆ ਕਿ ਕੈਬ ਅਤੇ NRC ਉਹ ਹਿੰਦੂਤਵ ਦਾ ਏਜੰਡਾ ਹੈਗਾ। ਅਤੇ ਗਰਗ ਸਾਹਿਬ ਨੇ ਜਿਹੜੀ ਗੱਲ ਕੀਤੀ ਤੁਸੀਂ ਪਹਿਲਾਂ ਕਹੀ ਸੀ, ਕਨਫਿਊਜ਼ ਕੀਤਾ ਜਾ ਰਿਹਾ ਹੈਗਾ, ਕਨਫਿਊਜ਼ ਵਿਰੋਧੀ ਕਰਦੇ ਪਏ ਆ ਜਾਂ ਮੌਜੂਦਾ ਸਰਕਾਰ ਕਰਦੀ ਪਈ? ਮੈਂ ਦੋ ਗੱਲਾਂ ਕਹਾਂਗਾ ਇਹਦੇ ਵਿੱਚ। ਪਹਿਲੀ ਗੱਲ ਇਹ ਹੈਗੀ ਹੈ, ਹੋਮ ਮਿਨਿਸਟਰ ਇਹ ਗੱਲ ਬਾਰ ਬਾਰ ਕਹਿ ਰਹੇ ਹੈ, ਈਵਨ ਜਿਹੜਾ ਝਾਰਖੰਡ ਦੇ ਵਿੱਚ ਇਲੈਕਸ਼ਨ ਹੈ, ਕਿ ਟਰਮਾਈਟਸ ਬਾਹਰੋਂ ਆਏ ਹੋਏ ਹੈ। ਹੁਣ ਗੱਲ ਇਹ ਹੈਗੀ ਹੈ ਕਿ ਹਿੰਦੂ ਟਰਮਾਈਟ ਐਕਸੈਪਟੇਬਲ ਹੈ ਔਰ ਮੁਸਲਮਾਨ ਟਰਮਾਈਟ ਐਕਸੈਪਟੇਬਲ ਨਹੀਂ ਹੈ। ਇਹੀ ਗੱਲ ਹੈ, ਇਹਦਾ ਮਤਲਬ ਇਹ ਉਹ ਪ੍ਰਤਾੜੀ ਥੋ ਕੇ ਆਏ ਨੇ, ਨਹੀਂ ਨਹੀਂ ਮਾਈਂਡ ਯੂ, ਇੱਕ ਮਿੰਟ ਜਿਹੜੇ ਹਿੰਦੂ ਆਏ ਨੇ ਪ੍ਰਤਾੜੀ ਥੋ ਕੇ ਆਏ ਨੇ, ਮੁਸਲਮਾਨ ਪ੍ਰਤਾੜੀ ਥੋ ਕੇ ਨਹੀਂ ਆਏ, ਬਾਰਡਰ ਕ੍ਰਾਸ ਕਰਕੇ ਆਏ ਨੇ। ਇਸੇ ਜਗ੍ਹਾ ਕੋਈ ਬਿਲਕੁਲ ਡਿਫਰੈਂਸ ਹੈ, ਇਸੇ ਜਗ੍ਹਾ ਦਾ ਇਸ ਗੱਲ ਨਾਲ ਬਿਲਕੁਲ ਡਿਫਰੈਂਸ ਹੈ, ਕੋਈ ਪਰਨਾਮ ਨਹੀਂ ਹੈ ਹਿੰਦੂ ਪ੍ਰਤਾੜੀ ਥੋ ਕੇ ਆਏ ਨੇ, ਕੋਈ ਪਰਨਾਮ ਨਹੀਂ ਹੈ, ਕੋਈ ਪ੍ਰਤਾੜੀ ਕਿੱਥੇ ਗਏ ਨੇ, ਉਹਨਾਂ ਪ੍ਰਤਾੜੀ ਕਿੱਥੇ ਗਿਆ ਪਾਕਿਸਤਾਨ, ਉਹਦੇ ਬਾਰੇ ਵਾਚ ਚੱਕੋ ਤੁਸੀਂ, ਇੱਕ ਸ਼ਰਨਾਰਥੀ ਸ਼ਰਨਾਰਥੀ ਹੈ ਚਾਹੇ ਉਹ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਸਿੱਖ ਹੈ ਚਾਹੇ ਕ੍ਰਿਸਚਨ ਆਏ ਨੇ, ਜਿਹੜਾ ਸ਼ਰਨਾਰਥੀ ਹੈ ਤੁਹਾਡਾ ਆਰਗੂਮੈਂਟ ਆ ਗਿਆ, ਜਿਹੜਾ ਸ਼ਰਨਾਰਥੀ ਹੈ ਉਹ ਸ਼ਰਨਾਰਥੀ ਹੈ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਕੋਈ, ਲੋਕਾਂ ਨੂੰ ਇੰਨਾ ਬੇਵਕੂਫ ਬਣਾਇਆ ਜਾ ਰਿਹਾ ਕਿ ਅਸੀਂ ਇੱਕ ਇੱਕ ਬੰਦੇ ਨੂੰ ਆਇਡੈਂਟੀਫਾਈ ਕਰਕੇ ਬਾਹਰ ਕੱਢ ਦੇਵਾਂਗੇ। ਬੰਗਲਾਦੇਸ਼ ਕਹਿੰਦਾ ਕੋਈ ਤੁਹਾਡਾ ਇਹਦਾ ਇੰਟਰਨਲ ਮਸਲਾ, ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਮੈਨੂੰ ਦੱਸੋ ਬਾਹਰ ਕੱਢ ਕੇ ਕਿਹੜਾ ਇੰਡੀਅਨ ਓਸ਼ਨ ਦੇ ਵਿੱਚ ਸਿੱਟ ਦੇਵੋਗੇ ਲੱਖਾਂ ਬੰਦਿਆਂ ਨੂੰ? ਇਹ ਸਿਰਫ ਬੇਵਕੂਫ ਬਣਾਇਆ ਜਾ ਰਿਹਾ, ਇਸ ਤੋਂ ਇਲਾਵਾ ਕੁਛ ਨਹੀਂ ਹੈ। ਨਹੀਂ, ਸ਼ਰਨਾਰਥੀ ਕੈਂਪ ਲੱਗਣਗੇ ਜਿਹੜੇ। ਮੈਂ ਕਿਹਾ ਜੀ ਜਿਹੜੇ ਸ਼ਰਨਾਰ, ਉਹਨਾਂ ਦੀਆਂ ਆਪਣੀਆਂ ਇੰਪਲੀਕੇਸ਼ਨ ਹੋਣਗੀਆਂ। NRC ਜਿਵੇਂ ਫੇਲ ਹੋ ਗਿਆ, ਮੈਂ ਤੁਹਾਨੂੰ ਪਹਿਲਾਂ ਐਗਜ਼ਾਮਪਲ ਦੇ, ਬਿਲਕੁਲ ਠੀਕ ਹੈ, ਤੁਸੀਂ ਸਟੈਂਡ ਤੇ ਕਾਇਮ ਹੋ, ਖਾਲੀ ਸਾਹਿਬ ਇਸ ਸਟੈਂਡ ਤੇ ਕਾਇਮ, ਬਿਲਕੁਲ ਬਿਲਕੁਲ। ਚਲੋ ਇਹ ਵੀ ਇੱਕ ਗੱਲ ਫਟਾਫਟ ਪਲੀਜ਼, NRC ਦਾ ਜਿਹੜਾ ਮਾਮਲਾ ਤੇ ਕੈਬ ਦੋਨੋਂ ਇਕੱਠੇ ਆਪਾਂ ਕਹਿੰਦੇ ਕਨਫਿਊਜ਼ ਹੋ ਰਹੇ ਨੇ, ਲੇਕਿਨ ਉਹਨਾਂ ਦੀ ਜਿਹੜੀ ਟੈਸਟਿੰਗ ਗਰਾਊਂਡ ਹੈ ਉਹ ਨਾਰਥ ਈਸਟ ਹੈ। ਤੇ ਟੈਸਟਿੰਗ ਗਰਾਊਂਡ ਦੇ ਵਿੱਚ ਇਹ ਹੋਇਆ ਕਿ ਨਾਰਥ ਈਸਟ ਦੇ ਲੋਕਾਂ ਨੂੰ ਪਹਿਲਾਂ ਬੜੀ ਉਮੀਦ, ਆਸਾਮ ਦੇ ਲੋਕਾਂ ਨੂੰ ਬੜੀ ਉਮੀਦ ਸੀਗੀ ਵੀ ਆਸਾਮ ਅਕਾਰਡ ਦੇ ਅਕਾਰਡਿੰਗ, ਕਿਉਂਕਿ ਉਹ ਬੜੇ ਲੰਬਾ ਉਹਨਾਂ ਦਾ ਡਿਮਾਂਡ ਸੀਗੀ ਵੀ NRC ਲਾਗੂ ਹੋ ਜਾਓ। ਜਦੋਂ ਸੁਪਰੀਮ ਕੋਰਟ ਨੇ ਆਰਡਰ ਕੀਤਾ, ਇੱਕਦਮ ਤਾਂ ਬੜੀ ਖੁਸ਼ੀ ਦੀ ਲਹਿਰ ਟਾਈਪ ਉੱਥੇ ਚੱਲੀ, ਲੇਕਿਨ ਬੜੀ ਜਲਦੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਸਾਰੇ ਬਾਹਰ ਜਾ ਰਹੇ ਇਸ 'ਚੋਂ। ਜਦੋਂ ਉੱਥੇ 20 ਲੱਖ ਬੰਦਾ ਜਿਹੜਾ ਉਹ ਜਦੋਂ ਬਾਹਰ ਜਾਂਦਾ ਉਸ ਤੋਂ, ਉਹ 19 ਲੱਖ ਬੰਦਾ, ਤੇ ਫਿਰ ਇੱਕਦਮ ਉਹਨਾਂ ਨੂੰ ਸਮਝ ਆਇਆ ਵੀ ਇਹ ਬੜੀ ਡੇਂਜਰਸ ਚੀਜ਼ ਜਿਹੜੀ ਹੈਗੀ ਆ। ਫਿਰ ਉਹਨਾਂ ਨੂੰ ਸਮਝ ਆਇਆ ਕਿ ਬੀਜੇਪੀ ਨੇ NRC ਨੂੰ ਇੱਕ ਕਮਿਊਨਲ ਟਵਿਸਟ ਦੇ ਦਿੱਤਾ, ਉਹ ਕਮਿਊਨਲ ਐਸਾ ਟਵਿਸਟ ਦੇ, ਡੂ ਨਾਟ ਵਾਂਟ ਕਮਿਊਨਲ ਟਵਿਸਟ। ਹਾਂ, ਉਹਨਾਂ ਨੇ ਕਿਹਾ ਅਸੀਂ ਸਾਡਾ ਕੋਈ ਨਹੀਂ ਸੀ, ਹਰ ਬੰਦਾ ਜਿਹੜਾ ਬਾਹਰ ਆਇਆ ਉਹ ਕਹਿੰਦੇ ਇਹ ਸੋਚ ਕੇ ਅਸੀਂ ਕਿਹਾ ਬਾਹਰ ਆਇਆ ਹਰ ਬੰਦਾ ਦੇ ਨਾਲ। ਜਦੋਂ ਇਹ ਕੈਬ ਲੈ ਕੇ ਆਏ, ਇਹਨਾਂ ਨੇ ਉਹਨਾਂ ਨੂੰ ਐਸ਼ੋਰ ਕਰਨ ਦੀ ਕੋਸ਼ਿਸ਼ ਕੀਤੀ ਵੀ ਹਿੰਦੂਆਂ ਨੂੰ ਰੱਖ ਲਾਂਗੇ, ਲੇਕਿਨ ਅੱਜ ਜਦੋਂ ਡਿਟੇਲ ਦੇ ਵਿੱਚ ਅਸੀਂ ਉਸ ਬਿੱਲ ਨੂੰ ਸਟੱਡੀ ਕਰ ਰਹੇ ਹਾਂ, ਉਸ ਬਿੱਲ ਦੇ ਵਿੱਚ ਈਵਨ ਕਿ ਬੰਗਲਾਦੇਸ਼ੀ ਹਿੰਦੂ ਵੀ ਨਹੀਂ ਸਾਬਤ ਕਰ ਸਕੇਗਾ ਕਿ ਮੈਂ ਐਸ ਦਾ ਬੇਸਿਸ ਆਫ ਰਿਲੀਜਨ ਪ੍ਰਤਾੜਿਤ ਹੋਇਆ। ਸਿਰਫ ਉਹਨਾਂ ਵਾਸਤੇ ਪ੍ਰੋਵੀਜ਼ਨ ਹੈ ਜਿਹੜੇ ਰਿਲੀਜਨ ਦੇ ਤੌਰ ਦੇ ਉੱਤੇ ਕਿਤੇ ਪ੍ਰਤਾੜਿਤ ਹੋਏ। ਬਹੁਤ ਧੰਨਵਾਦ ਕਮਲ ਜੀ ਤੁਹਾਡਾ, ਬੱਲਰ ਸਾਹਿਬ ਤੁਹਾਡਾ ਬਹੁਤ ਧੰਨਵਾਦ, ਡਾਕਟਰ ਗਰਗ ਤੁਹਾਡਾ ਬਹੁਤ ਧੰਨਵਾਦ, ਮੁਹੰਮਦ ਖਾਲਿਦ ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਾਰਿਆਂ ਦੇ ਆਰਗੂਮੈਂਟ ਸੁਣੇ, ਤੁਸੀਂ ਆਰਗੂਮੈਂਟ 'ਤੇ ਫੈਸਲਾ ਕਰਨਾ ਹੈਗਾ। ਪਰ ਇਸ ਧਰਮ ਨਿਰਪੱਖ ਮੁਲਕ ਦੇ ਵਿੱਚ, ਜਿਹਨੂੰ ਧਰਮ ਨਿਰਪੱਖ ਕਿਹਾ ਜਾਂਦਾ ਹੈਗਾ, ਜੋ ਸੰਵਿਧਾਨ ਸਾਡਾ ਦੱਸਦਾ ਹੈਗਾ, ਜੋ ਸਾਡੀ ਲੋਕਤੰਤਰਿਕ ਢਾਂਚਾ ਸਾਨੂੰ ਸਿਖਾਉਂਦਾ ਹੈਗਾ, ਉਸ ਦੇ ਮੁਤਾਬਕ ਜੇ ਇਹ ਸਭ ਕੁਝ ਹੋ ਰਿਹਾ, ਕਿ ਇਨਸਾਨੀਅਤ ਦੀ ਪਰਿਭਾਸ਼ਾ ਕਿਸੇ ਨੂੰ ਕਿਉਂ ਨਹੀਂ ਸਮਝ ਆ ਰਹੀ? ਇਨਸਾਨੀਅਤ ਦੀ ਪਰਿਭਾਸ਼ਾ ਜੋ ਸਮਝ ਆ ਜਾਵੇਗੀ, ਧਰਮ ਦੇ ਚਸ਼ਮੇ ਆਪਣੇ ਆਪ ਲੈ ਜਾਣਗੇ, ਜੋ ਧਰਮ ਦੇ ਚਸ਼ਮਿਆਂ ਨਾਲ ਅਸੀਂ ਸਾਰਿਆਂ ਨੂੰ ਦੇਖਾਂਗੇ, ਫਿਰ ਇਹੋ ਜਿਹੀ ਡਿਬੇਟ ਹੋਵੇਗੀ, ਅਸਲ ਮੁੱਦਿਆਂ ਸਾਡਾ ਧਿਆਨ ਭਟਕੇਗਾ, ਅਤੇ ਅਸਲ ਮੁੱਦਿਆਂ ਦਾ ਧਿਆਨ ਸਾਡਾ ਵੀ ਭਟਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਅਸਲ ਮੁੱਦਿਆਂ ਤੋਂ ਅਸੀਂ ਹਟਾਂਗੇ ਨਹੀਂ। ਅਸਲ ਮੁੱਦਿਆਂ ਦੀ ਗੱਲ ਹੋਵੇਗੀ 5 ਟ੍ਰਿਲੀਅਨ ਮਾਡਲ ਦਾ ਕੀ ਹੋਵੇਗਾ, ਜਿਹੜੀ ਦੇਸ਼ ਦੀ ਜਵਾਨੀ ਹੈਗੀ ਹੈ ਉਹਨਾਂ ਨੂੰ 2 ਕਰੋੜ ਰੁਜ਼ਗਾਰ ਦੇਣ ਦਾ ਜਿਹੜਾ ਪਹਿਲਾਂ ਵਾਅਦਾ ਕੀਤਾ ਗਿਆ ਸੀ, ਉਸ ਵਾਅਦੇ ਦਾ ਅੱਜ ਤੱਕ ਕੀ ਬਣਿਆ ਹੈਗਾ? ਬੇਰੁਜ਼ਗਾਰੀ ਦਰ ਕਿਉਂ ਵਧਦੀ ਹੋਈ ਹੈ? ਇੰਡਸਟਰੀ ਕਿਉਂ ਮਰ ਰਹੀ ਹੈਗੀ ਹੈ? ਭੁੱਖਮਰੀ ਕਿਉਂ ਵਧਦੀ ਹੈਗੀ ਹੈ? ਕਰਪਸ਼ਨ ਕਿਉਂ ਵਧਦੀ ਪਈ ਹੈਗੀ ਹੈ? ਇਹ ਸਾਰੇ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਹਮੇਸ਼ਾ ਤਾਜ਼ਾ ਅਸੀਂ ਰੱਖਾਂਗੇ। ਬਹੁਤ ਧੰਨਵਾਦ।